ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ ਮੀ। ਹਮੇਸ਼ਾ ਦੀ ਤਰ੍ਹਾਂ ਇਕੱਠੇ ਹੋਏ ਹਾਂ, ਬਹੁਤ ਅੱਛਾ ਲੱਗਦਾ ਹੈ, ਬਹੁਤ ਇੱਕ ਦੂਜੇ ਤੋਂ ਸਿੱਖ ਰਹੇ ਹਾਂ, ਐਟਲੀਸਟ ਮੈਂ ਤੁਹਾਡੇ ਤੋਂ ਬਹੁਤ ਕੁਝ ਸਿੱਖ ਰਹੀ ਹਾਂ। ਸੋ ਬੜੇ ਸਾਰੇ ਸਵਾਲ ਸਾਡੇ ਤੱਕ ਜਿਹੜੇ ਪਹੁੰਚਦੇ ਨੇ ਉਹ ਸ਼ੇਅਰ ਕਰਦੇ ਹਾਂ ਬਿਨਾਂ ਕੋਈ ਫਰਦਰ ਅਡੂ ਦੇ, ਲਾਈਕ ਯੂ ਨੋ ਬਿਨਾਂ ਦੇਰੀ ਕੀਤੇ। ਅੱਜ ਦੀ ਮਾਂ ਜਿਹੜੀ ਕਿ ਸ਼ੀ ਕਾਲਡ ਮੀ, ਫੋਨ ਕੀਤਾ ਉਹਨਾਂ ਨੇ ਔਰ ਕਹਿਣ ਲੱਗੇ ਕਿ ਮੈਂ ਬਹੁਤ ਸੈਡ ਹਾਂ, ਬਹੁਤ ਡਿਪਰੈਸਡ ਹਾਂ, ਐਂਡ ਸ਼ੀ ਸਟਾਰਟਡ ਕਰਾਇੰਗ। ਆਈ ਮੀਨ ਆਈ ਫੀਲ ਬੈਡ ਫੋਰ ਹਰ ਕਿ ਉਹ ਜਿਸ ਇਮੋਸ਼ਨ 'ਚੋਂ ਨਿਕਲ ਰਹੇ ਨੇ, ਬਟ ਆਈ ਨੋ ਕਈ ਚੀਜ਼ਾਂ ਸਾਡੇ ਬਿਲਕੁਲ ਵਸ ਨਹੀਂ ਹੁੰਦੀਆਂ, ਪਰ ਅਸੀਂ ਸੋਚਦੇ ਹਾਂ ਕਿ ਅਸੀਂ ਕੁਛ ਕਰ ਸਕੀਏ ਉਹਦੇ 'ਚ। ਸੋ ਲੈਟ ਮੀ ਸ਼ੇਅਰ ਕਿ ਉਹਨਾਂ ਨੇ ਕੀ ਕਿਹਾ। ਕਹਿੰਦੇ ਨੇ ਕਿ ਮੇਰਾ ਬੇਟਾ ਬਹੁਤ ਹੋਣਹਾਰ, ਯੂ ਨੋ ਵਧੀਆ ਪ੍ਰੋਫੈਸ਼ਨਲ ਹੈ, ਇੱਕ ਛੋਟੀ ਕੁੜੀ ਔਲ ਵੀ ਹੈਗੀ ਹੈ, ਉਹ ਵੀ ਸੈੱਟ ਹੈਗੀ ਹੈ। ਕਹਿੰਦੇ ਉਹ 3 ਸਾਲ ਤੋਂ ਕਿਸੇ ਨੂੰ ਡੇਟ ਕਰ ਰਿਹਾ ਸੀ, ਐਂਡ ਪਿਛਲੇ ਸਾਲ ਉਹਨੇ ਸਾਨੂੰ ਦੱਸਿਆ ਕਿ ਮਤਲਬ ਇਹ ਕੁੜੀ ਹੈ, ਮੈਨੂੰ ਪਸੰਦ ਹੈ ਔਰ ਅਸੀਂ ਦੋਨੋਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ, ਸਾਨੂੰ ਮਿਲੀ 1 ਸਾਲ ਤੋਂ, ਸਾਡੇ ਘਰ ਆ ਰਹੀ ਹੈ, ਬਹੁਤ ਸਾਨੂੰ ਪਿਆਰੀ ਲੱਗਦੀ ਹੈ, ਮਤਲਬ ਮੈਂ ਨੂੰ ਮੰਨ ਚੁੱਕੀ ਹਾਂ, ਮੈਨੂੰ ਮੰਮਾ ਬੁਲਾਉਂਦੀ ਹੈ, ਸਾਰਾ ਕੁਛ ਸੋਹਣਾ ਹੈ। ਅਤੇ ਜਦੋਂ ਮਿਲੇ, ਜਦੋਂ ਦੱਸਿਆ ਕਿ ਮਿਲਾਇਆ, ਤਾਂ ਕਹਿੰਦਾ ਕਿ 2 ਸਾਲ ਬਾਅਦ ਅਸੀਂ ਵਿਆਹ ਕਰਾਂਗੇ। ਸੋ ਸਾਲ ਹੋ ਵੀ ਗਿਆ ਉਸ ਚੀਜ਼ ਨੂੰ, ਹੋਰ ਸਾਲ ਨੂੰ ਵਿਆਹ ਹੈਗਾ, ਡੇਟਾਂ ਸੈੱਟ ਹੋ ਗਈਆਂ ਨੇ, ਸਾਰਾ ਵੈਨਿਊ ਸਭ ਕੁਝ ਸੈੱਟ ਹੋ ਚੁੱਕਾ ਹੈ। ਅਤੇ ਲੱਗਦਾ ਸੀ ਕਿ ਵਾਹਿਗੁਰੂ ਦਾ ਕਿੰਨਾ ਸ਼ੁਕਰ ਹੈ, ਬਟ ਪਤਾ ਨਹੀਂ ਮੈਨੂੰ ਕਿਸ ਦੀ ਨਜ਼ਰ ਲੱਗ ਗਈ, ਕਿਉਂਕਿ ਕੁੜੀ ਨੂੰ ਕੋਈ ਜੋਬ ਐਸੀ ਮਿਲ ਗਈ ਹੈ UN ਜਾਂ ਕੁਛ ਦੇ ਥਰੂ ਕਿ ਉਹ ਕਿਸੇ ਹੋਰ ਕੰਟਰੀ ਦੇ ਵਿੱਚ ਦੂਰ ਜਾ ਰਹੀ ਹੈ। ਕਾਫੀ ਉਸ ਕੰਟਰੀ 'ਤੇ ਸਾਡਾ ਜਿਹੜਾ ਹੈ ਉਹ ਡਿਫਰੈਂਸ, ਟਾਈਮ ਡਿਫਰੈਂਸ ਕਾਫੀ ਹੈ। ਸੋ ਕਹਿੰਦੇ ਨੇ ਕਿ ਉੱਥੇ ਜੋਬ ਕਰਨ ਜਾ ਰਹੀ ਹੈ, ਪਹਿਲੇ 6 ਮਹੀਨੇ ਗਈ ਹੈ ਔਰ ਉਸ ਵੇਲੇ ਇਹਨਾਂ ਨੂੰ ਪਤਾ ਨਹੀਂ ਇੰਨਾ ਲੱਗਿਆ ਨਹੀਂ, ਬੜੇ ਐਕਸਾਈਟਡ ਸੀ ਦੋਨੋਂ। ਉਹਨੂੰ ਕਹਿੰਦੀ ਹੈ ਕਿ ਤੂੰ ਵੀ ਆ ਜਾ, ਇਹ ਮਿਲਣ ਵੀ ਗਿਆ, ਸਿਰਫ 6 ਮਹੀਨੇ ਦਾ ਪ੍ਰੋਜੈਕਟ ਸੀਗਾ ਕਿ ਉੱਥੇ ਕੋਈ ਟ੍ਰੇਨਿੰਗ ਕਰਨ ਜਾ ਰਹੀ ਹੈ, ਫਿਰ ਵਾਪਸ ਆਉਣਾ ਸੀ। ਬਟ ਹੁਣ ਕੀ ਹੋਇਆ ਕਿ ਉਹਨਾਂ ਨੇ ਕਿਹਾ ਕਿ ਨਹੀਂ, 2 ਸਾਲ ਹੋਰ ਤੁਸੀਂ ਇੱਥੇ ਹੀ ਜੋਬ ਕਰਨੀ ਹੈ। ਜਿਹੜੀ ਵਾਪਸ ਆ ਕੇ ਜੋਬ ਜਿਹਦੇ ਪਿੱਛੇ ਟ੍ਰੇਨ ਹੋ ਰਹੀ ਸੀ, ਉਹ US ਦੇ ਵਿੱਚ ਉਹ ਸ਼ਹਿਰ ਪੋਸਟ ਹੀ ਖਤਮ ਹੋ ਗਈ ਹੈ, ਉਹ ਜੋਬ ਮਤਲਬ ਨਹੀਂ ਰਹੀ, ਅਤੇ ਉਸੀ ਜਗ੍ਹਾ 'ਤੇ ਉਹ 2 ਸਾਲ ਹੋਰ ਉਹਨੂੰ ਜੋਬ ਦੇ ਰਹੇ ਹੈ। ਕਹਿੰਦੇ ਕਿ ਇਹ ਇੱਥੇ ਬੜਾ ਸੈੱਟ ਹੈ, ਉਹ ਉੱਥੇ ਬੜੀ ਸੈੱਟ ਹੈ, ਠੀਕ ਹੈ, ਮਤਲਬ ਪ੍ਰੋਫੈਸ਼ਨਲੀ ਕਰੀਅਰ ਵਾਈਜ਼ ਦੋਨਾਂ ਦਾ ਬੜਾ ਵਧੀਆ, ਪਰ ਹੁਣ ਪਹਿਲੇ ਤਾਂ ਲੱਗਦਾ ਸੀ ਕਿ ਹਾਏ ਕਿੰਨਾ ਕਰਨਗੇ, ਕਿਸੇ ਵੇਲੇ ਕਹਿੰਦਾ ਸੀ ਲੈ ਤਾਂ ਬੜਾ ਮੁਸ਼ਕਿਲ ਹੋ ਗਿਆ, ਪਰ ਹੁਣ ਪਿਛਲੇ ਹਫ਼ਤੇ ਮੇਰੇ ਕੋਲ ਆ ਕੇ ਕਹਿੰਦਾ ਕਿ ਮੈਂ ਬ੍ਰੇਕਅਪ ਕਰਨਾ, ਇਹ ਨਹੀਂ ਚੱਲ ਸਕਦਾ, ਲੌਂਗ ਡਿਸਟੈਂਸ ਜਿਹੜਾ ਰਿਲੇਸ਼ਨਸ਼ਿਪ ਹੈ ਮੇਰੇ ਤੋਂ ਨਹੀਂ ਹੋਏਗਾ ਇਹ। ਸੋ ਕਹਿੰਦੇ ਅਸੀਂ ਕੁੜੀ ਦਾ ਵੀ, ਕੁੜੀ ਕਹਿ ਰਹੀ ਹੈ ਕਿ ਤੂੰ ਕਹਿ ਰਿਹਾ, ਅਤੇ ਕੁੜੀ ਕਹਿੰਦੀ ਹੈ ਕਿ ਮੈਂ ਤਾਂ ਕਹਿ ਰਹੀ ਹਾਂ ਹੋ ਸਕਦਾ, ਕੋਈ ਐਸੀ ਪ੍ਰੋਬਲਮ ਨਹੀਂ ਹੈ, ਕਿਉਂ ਨਹੀਂ ਹੋ ਸਕਦਾ, ਅਸੀਂ ਕਰ ਸਕਦੇ ਹਾਂ, ਵਿੱਚ ਛੁੱਟੀਆਂ 'ਚ ਮੈਂ ਆ ਜਾਵਾਂਗੀ, ਉਹ ਆ ਜਾਏਗਾ। ਐਂਡ ਹੁਣ ਸੋਚਿਆ ਸੀ ਵੀ ਐਵੇਂ ਹੀ ਗੱਲ ਕਹਿ ਰਹੇ ਨੇ, ਕੋਈ ਉਦਾਸ ਹੈਗਾ ਤਾਂ ਕਹਿ ਰਿਹਾ ਇਸ ਤਰ੍ਹਾਂ ਕਿ ਨਹੀਂ ਮੈਂ ਬ੍ਰੇਕਅਪ ਕਰਨਾ, ਕਿਉਂਕਿ ਦੋਨੋਂ ਬੜੇ ਪਿਆਰ ਕਰਦੇ ਨੇ ਇੱਕ ਦੂਜੇ ਨੂੰ ਔਰ ਘਰ ਵੀ ਉਹਨਾਂ ਦੇ ਪੇਰੈਂਟਸ, ਕੁੜੀ ਦੇ ਪੇਰੈਂਟਸ, ਅਸੀਂ ਵੀ ਸਾਰਾ ਕੁਛ ਮਤਲਬ ਵਧੀਆ। ਅਤੇ ਇੰਜ ਮਤਲਬ ਇਸ ਐਕਸਟ੍ਰੀਮ ਤੱਕ ਸੋਚ ਰਿਹਾ ਕਿ ਬ੍ਰੇਕਅਪ ਕਰਨ ਦੀ, ਮੈਨੂੰ ਤਾਂ ਬਿਲਕੁਲ ਵਿਸ਼ਵਾਸ ਨਹੀਂ ਹੋਇਆ, ਮੈਂ ਸੋਚਿਆ ਕਿ ਐਵੇਂ ਮੂਡ ਇਸ ਤਰ੍ਹਾਂ ਦਾ ਹੈਗਾ ਤਾਂ ਕਹਿ ਰਿਹਾ, ਪਰ ਹੁਣ ਪੱਕਾ ਆ ਕੇ ਕਹਿ ਰਿਹਾ ਕਿ ਨਹੀਂ ਮੈਂ ਬ੍ਰੇਕਅਪ ਕਰ ਰਿਹਾ ਔਰ ਉਹਨੂੰ ਵੀ ਮੈਂ ਕਹਿਤਾ, ਅਤੇ ਉਹ ਠੀਕ ਹੈ, ਉਹਨੂੰ ਬੜਾ ਬੁਰਾ ਲੱਗਿਆ, ਪਰ ਸ਼ੀ ਵਿਲ ਸੈਟਲ ਡਾਊਨ, ਔਰ ਸਾਨੂੰ ਕਹਿ ਰਿਹਾ ਕਿ ਤੁਸੀਂ ਕੋਈ ਲੋੜ ਨਹੀਂ ਹੈ ਉਹਦੇ ਨਾਲ ਗੱਲ ਕਰਨ ਦੀ, ਕੋਈ ਉਹਦੇ ਪੇਰੈਂਟਸ ਨਾਲ ਨਹੀਂ, ਸਾਡਾ ਤੈਅ ਹੋ ਗਿਆ, ਹੁਣ ਮੈਂ ਬਸ ਹੋਰ ਨਹੀਂ ਕਰਨਾ। ਕਹਿੰਦੀ ਮੈਂ ਉਹਨੂੰ ਬਿਨਾਂ ਦੱਸੇ ਵੀ ਕੁੜੀ ਦੇ ਪੇਰੈਂਟਸ ਨਾਲ ਗੱਲ ਕੀਤੀ ਹੈ, ਮਾਂ ਨਾਲ ਗੱਲ ਕੀਤੀ ਹੈ, ਔਰ ਉਹ ਕਹਿੰਦੇ ਨੇ ਕਿ ਮੈਨੂੰ ਵੀ ਬੜਾ ਸ਼ੌਕ ਲੱਗਿਆ, ਪਰ ਜਿਸ ਤਰ੍ਹਾਂ ਬੱਚੇ ਕਹਿਣਗੇ ਉਹ ਤਾਂ ਕਰਨਾ ਹੀ ਪਏਗਾ। ਸੋ ਮੈਨੂੰ ਨਹੀਂ ਵਿਸ਼ਵਾਸ ਹੋ ਰਿਹਾ ਕਿ ਇੰਨਾ ਸੋਹਣਾ ਸਭ ਕੁਝ ਸੀ, ਇੱਕਦਮ ਦੋਨੋਂ ਇੱਕ ਦੂਜੇ ਵਾਸਤੇ ਸੈੱਟ ਸੀਗੇ ਔਰ ਇੰਨਾ ਇਹਨਾਂ ਦਾ ਆਪਸ 'ਚ ਪਿਆਰ ਹੈ, ਫਿਰ ਕਿਸੇ ਹੋਰ ਜਗ੍ਹਾ 'ਤੇ ਸੈੱਟ ਹੋਣਗੇ, ਕਿਸੇ ਹੋਰ ਨੂੰ ਲੱਭਣਗੇ, ਉੱਥੇ ਐਵੇਂ ਹੀ ਇਸ ਰਿਸ਼ਤੇ ਨਾਲ ਆਪਣੇ ਆਪ ਨੂੰ ਯੂ ਨੋ ਤੁਲਨਾ ਕਰਦੇ ਰਹਿਣਗੇ। ਸੋ ਮੈਂ ਬਹੁਤ ਅਪਸੈਟ ਹਾਂ, ਕੁਛ ਵੀ ਗੱਲਬਾਤ ਦੇ ਪਰਿਵਾਰ ਤੋਂ ਬਹੁਤ ਦੇਰ ਦੇ ਜੁੜੇ ਹੋਏ ਨੇ ਔਰ ਕਹਿੰਦੇ ਨੇ ਕਿ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਕੋਈ ਐਸੀ ਚੀਜ਼ ਹੈ ਜਿਹੜੀ ਐਜ਼ ਪੇਰੈਂਟਸ ਅਸੀਂ ਕਰ ਲਈਏ ਅਤੇ ਇਸ ਚੀਜ਼ ਨੂੰ ਰੋਕ ਲਈਏ, ਇਸ ਬ੍ਰੇਕਅਪ ਨੂੰ ਰੋਕ ਲਈਏ,
इस ਵਿਆਹ ਨੂੰ ਵਿਆਹ ਹੋਣਾ ਸੀ ਭਾਵੇਂ, ਪਰ ਇੱਕ ਤਰ੍ਹਾਂ ਨਾਲ ਉਹ ਇੰਜੀ ਮੈਨੂੰ ਤਾਂ ਇਹ ਲੱਗਦਾ ਸੀ ਕਿ ਵਿਆਹ ਹੋਇਆ ਹੋਇਆ ਤੇ ਟੁੱਟਣ ਦਾ ਤੋਂ ਕਿਸੇ ਤਰ੍ਹਾਂ ਰੋਕ ਸਕਦੇ ਆ, ਕਿਉਂਕਿ ਮੈਨੂੰ ਲੱਗਦਾ ਸਾਰੀ ਉਮਰ ਇਹ ਪਛਤਾਣਗੇ ਬੱਚੇ। ਕੀ ਕਹਿੰਦੇ ਹੋ? ਆਈ ਨੋ ਯੰਗ ਜਨਰੇਸ਼ਨ ਲੌਂਗ ਡਿਸਟੈਂਸ ਰਿਲੇਸ਼ਨਸ਼ਿਪਸ ਨੂੰ ਕਾਫੀ ਡਿਫਰੈਂਟਲੀ ਲੈਂਦੀ ਹੈ, ਜਿਵੇਂ ਅਸੀਂ, ਮੈਨੂੰ ਲੱਗਦਾ ਸਾਡੀ ਜਨਰੇਸ਼ਨ ਨੇ ਕਿੰਨੇ ਕਿੰਨੇ ਬੰਦਿਆਂ ਦੇ, ਕਿੰਨੀ ਫੈਮਿਲੀਜ਼ ਨੇ ਇਸ ਚੀਜ਼ ਨੂੰ ਸਿਆ ਕਿ ਯੂਨੋ ਆਪਸ ਸੈਪਰੇਸ਼ਨ ਹੋਈ, ਕੋਈ ਇੰਡੀਆ ਰਹਿ ਗਿਆ, ਕੋਈ ਇੱਥੇ ਆ ਗਿਆ, ਜਾਂ ਕੋਈ ਹੋਰ ਕਿਸੇ ਕੰਟਰੀ 'ਚ ਕਾਫੀ ਦੇਰ ਰਹਿ ਗਿਆ, ਫਾਈਨਲੀ ਫਿਰ ਇੱਥੇ ਆ ਕੇ ਸੈੱਟ ਹੋਏ। ਬੜੇ ਸਾਰੇ ਹੋਣਗੇ ਜਿਨ੍ਹਾਂ ਨੇ ਬੜੀ ਬੜੀ ਸੈਪਰੇਸ਼ਨ ਸਹੀ ਹੈ, ਪਰ ਇਹ ਯੰਗ ਜਨਰੇਸ਼ਨ ਨੂੰ ਲੱਗਦਾ ਹੈ ਕਿ ਇਕੱਠੇ ਰਹਿਣਾ ਬਹੁਤ ਜ਼ਰੂਰੀ ਹੈ, ਲੌਂਗ ਡਿਸਟੈਂਸ ਬਿਲਕੁਲ, ਯੂਨੋ ਉਹਨੂੰ ਕਿਤੇ ਹੋਰ ਕੋਈ ਮਿਲ ਜਾਏਗਾ, ਇੱਥੇ ਕੋਈ ਹੋਰ ਮਿਲ ਜਾਏਗਾ, ਮਤਲਬ ਇਹ ਸਾਡੇ ਤੋਂ ਪੋਸੀਬਲ ਨਹੀਂ ਹੈ। ਇਨ ਜਨਰਲ ਵੀ ਸੁਣਿਆ ਹੋਇਆ ਮੈਂ ਕਿ ਇਸ ਜਨਰੇਸ਼ਨ ਨੂੰ ਈਵਨ ਕੋਈ ਬੋਏਫ੍ਰੈਂਡ ਗਰਲਫ੍ਰੈਂਡ ਵੀ ਹੁੰਦਾ ਤਾਂ ਕਹਿੰਦੇ ਨੇ ਕਿ ਬ੍ਰੇਕਅਪ ਲੈ ਰਹੇ ਹਾਂ, ਸੇ ਕੀ ਹੋ ਗਿਆ, ਕੀ ਪ੍ਰੋਬਲਮ ਹੋਈ? ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਉਹ ਡਿਫਰੈਂਟ ਕਾਲਜ ਉਹਦੇ ਵਿੱਚ ਬੜੀ ਦੂਰ ਜਾ ਰਿਹਾ, ਇਸ ਪਿੱਛੇ ਬ੍ਰੇਕਅਪ ਹੋ ਰਿਹਾ। ਸੋ ਲੌਂਗ ਡਿਸਟੈਂਸ ਇਸ ਕਲਚਰ ਦੇ ਵਿੱਚ ਜ਼ਿਆਦਾ ਨਹੀਂ ਐਪਰੀਸ਼ੀਏਟ ਕਰਦੇ, ਆਈ ਡੋਂਟ ਨੋ ਕਿਉਂ, ਕੀ ਕਾਰਨ ਹੈ, ਬੜੇ ਕੁਛ ਹੋਣਾ ਉਹਦੇ ਵਿੱਚ, ਪਰ ਸਮਹਾਓ ਇਸ ਵੇਲੇ ਇਹਨਾਂ ਨੂੰ ਲੱਗਦਾ ਕਿ ਸਾਰਾ ਕੁਛ ਤੈਅ ਸੀ, ਬੜਾ ਵਧੀਆ ਸੀ, ਕੁੜੀ ਬੜੀ ਅੱਛੀ ਹੈ, ਆਪਸ 'ਚ ਉਹਨਾਂ ਦੀ ਬੜੀ ਅੱਛੀ ਹੈ, ਐਜ਼ ਪੇਰੈਂਟਸ ਦੇ ਨਾਲ ਜਿਵੇਂ ਅਸੀਂ ਕਹਿੰਦੇ ਹਾਂ ਕਿ ਦੋ ਪਰਿਵਾਰਾਂ ਦਾ ਮਿਲਣ ਹੈ ਵਿਆਹ, ਆਪਸ ਪਰਿਵਾਰਾਂ ਦੀ ਬਣੀ ਹੋਈ ਹੈ ਸਭ ਕੁਝ ਹੈ, ਅਤੇ ਇਹ ਮਤਲਬ ਇੰਨੀ ਜਿਹੀ ਗੱਲ ਪਿੱਛੇ ਇਹ ਤੋੜਨਾ ਨਹੀਂ ਚਾਹੀਦਾ, ਇਹ ਇਹਨਾਂ ਦਾ ਖਿਆਲ ਹੈ। ਤੁਸੀਂ ਸਾਰੇ ਇਹਨਾਂ ਨੂੰ ਕੀ ਕਹੋਗੇ? ਪਲੀਜ਼ ਜ਼ਰੂਰ ਕਾਲ ਕਰੋ, ਕੋਈ ਐਕਸਪੀਰੀਅੰਸ ਹੈ ਇਸ ਤਰ੍ਹਾਂ ਦਾ ਬੱਚਿਆਂ ਨਾਲ, ਜਾਂ ਆਪਣਾ ਕਿਸ ਤਰ੍ਹਾਂ ਦਾ ਸੀ, ਜ਼ਰੂਰ ਕਹੋ। ਆਈ ਐਮ ਸ਼ੋਰ ਇਹ ਜਿਹੜਾ ਸ਼ੋਅ ਹੈਗਾ ਉਹ ਆਪਣੇ ਬੱਚਿਆਂ ਨੂੰ ਵੀ ਦਿਖਾਉਣਗੇ। ਜਿਸ ਤਰ੍ਹਾਂ ਮੇਰੀ ਗੱਲ ਹੋ ਰਹੀ ਸੀ ਕਿ ਕੋਈ ਵੀ ਯੂਨੋ ਕੋਈ ਕੁਛ ਕਹਿੰਦਾ ਤਾਂ ਤੁਸੀਂ ਆਪਣੇ ਮੁੰਡੇ ਨੂੰ ਜਾਂ ਜਿਸ ਤਰ੍ਹਾਂ ਵੀ ਕਿ ਤੁਸੀਂ ਚਾਹੁੰਦੇ ਹੋ ਬੈਠ ਕੇ ਆਰਾਮ ਨਾਲ ਪਰਿਵਾਰ ਨਾਲ ਵੀ ਦੇਖਣਾ। ਸੋ ਡੈਫੀਨੇਟਲੀ ਤੁਹਾਨੂੰ ਸਾਰੇ ਸੁਣ ਰਹੇ ਨੇ, ਜ਼ਰੂਰ ਕਾਲ ਕਰੋ ਅਤੇ ਗੱਲ ਕਰੋ ਇਹਨਾਂ ਨਾਲ, ਇਹਨਾਂ ਨਾਲ ਵੀ, ਇਹਨਾਂ ਦੇ ਬੱਚਿਆਂ ਨਾਲ ਵੀ, ਇਹਨਾਂ ਦੇ ਪਰਿਵਾਰ ਨਾਲ ਵੀ, ਕਿ ਔਰ ਤੁਹਾਡੀ ਆਪਣੀ ਰਾਏ ਕੀ ਹੈ, ਐਸੀ ਸਿਚੁਏਸ਼ਨ 'ਚ ਕੀ ਕੀਤਾ ਜਾ ਸਕਦਾ ਹੈ। ਯੂਨੋ ਅਸੀਂ ਸਾਰੇ ਚਾਹੁੰਦੇ ਹਾਂ ਕਿ ਕੁਛ ਅੱਛਾ ਮਿਲ ਗਿਆ ਅਤੇ ਉਹਨੂੰ ਯੂਨੋ ਪ੍ਰੋਟੈਕਟ ਕਰੋ, ਉਹਨੂੰ ਬਚਾਓ, ਉਸ ਰਿਸ਼ਤੇ ਨੂੰ ਬਚਾਓ, ਪਰ ਇੱਥੇ ਜਿਸ ਤਰ੍ਹਾਂ ਲੱਗ ਰਿਹਾ ਮਦਰ, ਵੀ ਕੈਨ ਅੰਡਰਸਟੈਂਡ, ਬਹੁਤ ਅਪਸੈਟ ਹੈ, ਕਹਿ ਰਹੀ ਮੈਂ ਬਹੁਤ, ਮੇਰੇ ਤੋਂ ਰੋਟੀ ਖਾਣ 'ਤੇ ਵੀ ਦਿਲ ਨਹੀਂ ਕਰਦਾ। ਸੋ ਮੈਨੂੰ ਲੱਗਦਾ ਕਿ ਇਹ ਕੀ ਹੋ ਗਿਆ, ਜ਼ਰੂਰ ਕਾਲ ਕਰੋ। ਲੈਟਸ ਸੀ, ਇੱਕ ਤਾਂ ਇਹ ਵੀ ਜ਼ਰੂਰੀ ਹੈ ਕਿ ਬਹੁਤ ਇੱਕਦਮ ਅਸੀਂ ਜਦੋਂ ਗੱਲ ਪੁੱਛਦੇ ਹਾਂ ਨਾ, ਲੱਗਦਾ ਕਿ ਅਫਕੋਰਸ ਉਸ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਰੱਖ ਕੇ ਦੇਖੀਏ। ਮਾਂ ਦੀ ਸਿਚੁਏਸ਼ਨ ਸ਼ਾਇਦ ਅਸੀਂ ਰੱਖ ਕੇ ਆਪਣੇ ਆਪ ਨੂੰ ਦੇ ਸਕਦੇ ਹਾਂ, ਪਰ ਜ਼ਰੂਰ ਰਿਕੁਐਸਟ ਕਰਾਂਗੀ ਯੰਗਰ ਜਨਰੇਸ਼ਨ, ਜਾਂ ਕੋਈ ਵੀ ਅਗਰ ਨਾਲ ਬੈਠੇ ਹੋਏ ਹੈ, ਜਾਂ ਕੋਈ ਪੋਸੀਬਿਲਿਟੀ ਹੈ ਕਿ ਉਹਨਾਂ ਦੀ ਵੀ ਓਪੀਨੀਅਨ ਮਿਲ ਸਕੇ ਤੁਹਾਡੇ ਕੋਲ ਇਸ ਵੇਲੇ ਮੌਜੂਦ ਹੋਣ, ਤਾਂ ਬਹੁਤ ਅੱਛਾ ਹੋਏਗਾ ਕਿ ਯੰਗਰ ਜਨਰੇਸ਼ਨ ਦੀ ਅਸੀਂ ਜਿਹੜੀ ਇਨਪੁੱਟ ਹੈਗੀ ਹੈ, ਉਹਨਾਂ ਦਾ ਕੀ ਪ੍ਰਸਪੈਕਟਿਵ, ਉਹਨਾਂ ਦਾ ਨਜ਼ਰੀਆ ਕੀ ਹੈ ਇਸ ਸਿਚੁਏਸ਼ਨ ਦੇ ਵਿੱਚ, ਉਹ ਵੀ ਅਸੀਂ ਜ਼ਰੂਰ ਸ਼ਾਮਿਲ ਕਰ ਸਕੀਏ। ਸੋ ਲੈਟਸ ਸੀ ਸਾਰੇ ਕੀ ਕਹਿ ਰਹੇ ਨੇ, ਜ਼ਰੂਰ ਕਾਲ ਕਰਕੇ ਰੱਖੋ। ਮੈਂ ਆਪਣੀ ਪਹਿਲੀ ਕਾਲ ਲੈ ਲੈਂਦੀ ਹਾਂ, ਲੈਟਸ ਸੀ ਕੀ ਕਹਿ ਰਹੇ ਨੇ ਸਾਰੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ? ਬਿਲਕੁਲ ਠੀਕ ਹੈ ਜੀ, ਕੌਣ ਬੋਲਦੇ ਹੋ? ਮੈਂ ਲੱਜਾਵੰਤੀ ਬੋਲਦੀ ਹਾਂ, ਡੈਨਾ ਪੁਲਿਸ ਤੋਂ। ਮੈਂ ਵੈਸੇ ਕੈਲੀਫੋਰਨੀਆ ਇਸ ਟਾਈਮ ਤੇ ਆ। ਅੱਜ ਵਿਸ਼ਾ ਕੀ ਲਿਆਂਦਾ? ਹਾਂਜੀ ਮੈਂ ਤੁਹਾਨੂੰ ਦੱਸਿਆ ਹੈ ਕਿ ਉਹ ਮਦਰ ਜਿਹੜੀ ਹੈ, ਮਾਂ ਬਹੁਤ ਪਰੇਸ਼ਾਨ ਹੈ ਕਿ ਮੁੰਡਾ ਰਿਸ਼ਤਾ ਤੋੜ ਰਿਹਾ ਹੈ, ਜਿਹੜਾ ਬੜਾ ਇਹਨਾਂ ਨੂੰ ਲੱਗਦਾ ਸੀ ਕਿ ਵਧੀਆ ਬਣਿਆ, ਮੁੰਡੇ ਨੇ ਆਪ ਹੀ ਚੁਣਿਆ ਸੀ। ਹਾਂਜੀ, ਪਰ ਉਹ ਕੁੜੀ ਦੀ ਪੋਸਟਿੰਗ, ਕੋਈ ਜੌਬ ਉਹਦੀ ਬਾਹਰ ਹੋ ਗਈ ਹੈ UN ਦੇ ਵਿੱਚ, ਉਹ ਕਹਿੰਦੇ ਨੇ 2 ਸਾਲ ਉੱਥੇ ਹੀ ਰਹਿਣਾ ਪੈਣਾ। ਸੋ ਮੁੰਡਾ ਕਹਿੰਦਾ ਨਹੀਂ, ਦੂਰ ਦੂਰ ਨਹੀਂ, ਅਸੀਂ ਇਹ ਰਿਸ਼ਤਾ ਨਹੀਂ ਚੱਲੇਗਾ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਮਦਰ ਪਰੇਸ਼ਾਨ ਹੈ ਤੇ ਕੀ ਕਹਿ ਸਕਦੇ ਉਹਨਾਂ ਨੂੰ? ਮੇਰਾ ਮਤਲਬ ਇਹ ਆ ਵੀ ਇਹਨਾਂ ਨੂੰ ਅੰਡਰਸਟੈਂਡ ਕਰਨੀ ਚਾਹੀਦੀ ਮੁੰਡੇ ਨੂੰ ਹੀ। ਦੇਖੋ ਰਿਸ਼ਤਾ ਕੀਤਾ ਤੁਸੀਂ ਆਪ ਦੇਖਿਆ, ਅੰਡਰਸਟੈਂਡ ਕਰ ਲੈਣ ਕਰਕੇ ਤੇ ਚਲੋ ਨੌਕਰੀ ਅਦਲੀ ਬਦਲੀ ਵੀ ਹੋ ਸਕਦੀ ਆ, ਕਰ ਸਕਦਾ ਇਨਸਾਨ ਅਦਲੀ ਬਦਲੀ ਨੌਕਰੀ। ਹਾਂਜੀ, ਮੇਰਾ ਤਾਂ ਖਿਆਲ ਇਹ ਆ ਵੀ ਨੌਕਰੀ ਅਦਲੀ ਬਦਲੀ ਕਰ ਸਕਦੇ ਆ। ਸੋ ਕੁੜੀ ਕੁੜੀ ਆਪਣੀ ਨੌਕਰੀ ਬਦਲ ਲਵੇ? ਹਾਂ ਕੁੜੀ ਨੌਕਰੀ ਬਦਲ ਲਵੇ, ਉੱਥੇ ਕਿਹੜੀ ਗੱਲ ਹੈ, ਬਦਲ ਸਕਦਾ ਇਹ ਤਾਂ ਨਹੀਂ, ਜਦੋਂ ਆਪਾਂ ਰਹਿਣਾ ਹੀ ਹੈ ਨੌਕਰੀ ਬਦਲਣੀ ਪੈਣੀ ਆਪਾਂ ਨੂੰ, ਜ਼ਰੂਰ ਤੇ ਬਦਲ। ਠੀਕ ਹੈ, ਤੇਰੀ ਦੇਰ ਆਇਆ। ਜੀ ਜੀ ਜੀ,
ਬਹੁਤ ਵਧੀਆ, ਜ਼ਰੂਰ ਕੁਛ ਹੋਰ ਵੀ ਧਿਆਨ ਆਏ ਤਾਂ ਕਾਲ ਕਰੋ, ਔਰ ਮੈਂ ਸਾਰਿਆਂ ਨੂੰ ਸਮਾਂ ਦੇ ਰਹੀ ਹਾਂ, ਕੋਈ ਇੰਨੀ ਦੇਰ ਅਸੀਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਤੁਸੀਂ ਸੋਚ ਕੇ ਰੱਖੋ। ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਨੌਕਰੀ ਬਦਲਣੀ ਬੜੀ, ਉਹ ਵੀ ਹੈ ਵੀ ਕਰੀਅਰ ਪਿੱਛੇ ਉਹ ਇੱਕ ਰਿਸ਼ਤਾ ਛੋੜ ਰਹੇ ਨੇ, ਹੋਰ ਵੀ ਜੋਬਸ ਬਣੀਆਂ ਹੋਈਆਂ, ਪਰ ਉਹਨਾਂ ਦੇ ਹਿਸਾਬ ਨਾਲ ਇੰਝ ਵੀ ਲੱਗ ਰਿਹਾ ਕਿ ਉਸ ਕੁੜੀ ਵਾਸਤੇ ਇਹ ਜੋਬ ਬੜੀ ਇੰਪੋਰਟੈਂਟ ਹੈ, ਔਰ ਮੁੰਡਾ ਜਿਹੜਾ ਇੱਥੇ ਜੋਬ ਕਰ ਰਿਹਾ ਉਹਦੇ ਵਾਸਤੇ ਉਹ ਬੜੀ ਇੰਪੋਰਟੈਂਟ ਹੈ, ਇਹ ਵੀ ਨਹੀਂ ਕਿ ਚਲੋ ਇਹ ਛੋੜ ਕੇ ਉੱਥੇ ਕੋਈ ਹੋਰ ਲੱਭ ਲਵੇ। ਸੋ ਦੋਨਾਂ ਵਾਸਤੇ ਆਪਣੇ ਆਪਣੇ ਕਰੀਅਰ ਵਾਸਤੇ ਇੰਪੋਰਟੈਂਟ ਹੈ, ਕੀ ਚੀਜ਼ ਹੋ ਸਕਦੀ ਹੈ, ਕੀ ਤੁਸੀਂ ਸੁਜੈਸਟ ਕਰਦੇ ਹੋ, ਔਰ ਨਾਲੇ ਕੁੜੀ ਨਹੀਂ ਛੋੜ ਰਹੀ ਤਾਂ ਅਸੀਂ ਸੁਜੈਸਟ ਕਿਵੇਂ ਕਰ ਸਕਦੇ ਹਾਂ। ਮਾਂ ਨਾਲ ਗੱਲ ਹੋ ਰਹੀ ਹੈ ਜਿਹੜਾ ਕਿ ਪੁੱਛ ਰਹੇ ਨੇ ਕਿ ਮੈਂ ਆਪਣੀ ਜਗ੍ਹਾ ਕੀ ਕਰ ਸਕਦੀ ਹਾਂ। ਸੋ ਜ਼ਰੂਰ ਕਾਲ ਕਰੋ, ਲੈਟਸ ਸੀ ਹੋਰ ਸਾਰੇ ਕੀ ਕਹਿੰਦੇ ਆ ਆਫਟਰ ਅ ਸਮਾਲ ਬ੍ਰੇਕ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਸਾਰੇ ਕੀ ਕਹਿ ਰਹੇ ਨੇ ਅੱਜ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ ਬੇਟਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਆਂਟੀ ਜੀ, ਦੱਸੋ ਕੀ ਕਹਿੰਦੇ ਹੋ ਅੱਜ? ਮੈਂ ਕਹਾਂਗੀ, ਹਾਂਜੀ, ਰਿਸ਼ਤੇਦਾਰੀਆਂ ਬਣਾਉਣੀਆਂ ਜਿਹੜੀਆਂ ਨਾ ਉਹ ਮੁਸ਼ਕਲ ਵੀ ਹੋ ਜਾਣੀਆਂ, ਕਈ ਵਾਰ ਆਪਾਂ ਛੇਤੀ ਨਾਲ ਕਰ ਵੀ ਲੈਂਦੇ ਹਾਂ। ਦੂਜੀ ਗੱਲ ਇਹ ਹੈਗੀ, ਜੇ ਉਹਦੀ ਜੋਬ ਦੂਰ ਹੈ, ਜੋਬ ਪਿੱਛੇ ਤਾਂ ਬੇਟੇ ਰਿਸ਼ਤੇ ਨਹੀਂ ਛੱਡੇ ਜਾਂਦੇ ਹੁੰਦੇ, ਉਹ ਤਾਂ ਟ੍ਰਾਂਸਫਰ ਹੁੰਦੀ ਰਹਿੰਦੀ। ਚਲੋ ਹੌਲੀ ਹੌਲੀ ਸ਼ਾਦੀ ਕਰੋ, ਤੁਸੀਂ ਕੁੜੀ ਨੇੜੇ ਆ ਜਾਏਗੀ, ਜਾਂ ਜੋਬ ਬਦਲ ਲਏਗੀ, ਇਸ ਤਰ੍ਹਾਂ ਥੋੜਾ ਤਾਂ ਕਿਸੇ ਧੀ ਨੂੰ ਤਕਲੀਫ ਦੇਣੀ ਪਈ, ਉਹ ਕੁੜੀ ਦੂਰ ਜੋਬ ਹੈ ਤਾਂ ਮੈਂ ਰਿਸ਼ਤਾ ਨਹੀਂ ਲੈਣਾ, ਇੱਕ ਮਾਂ ਵਾਸਤੇ ਬੜਾ ਵੱਡਾ ਹੱਥ ਹੈ, ਉਹਦੇ ਵਾਸਤੇ ਵੀ ਤੇ ਅਗਲਿਆਂ ਵਾਸਤੇ ਵੀ। ਉਹਨਾਂ ਦਾ ਕੌਣ ਸੁਣ ਰਿਹਾ ਹੈ? ਲੜਕੇ ਦੀ ਮਦਰ ਸੁਣ ਰਹੀ ਹੈ? ਹਾਂਜੀ, ਉਹਨਾਂ ਵੱਲੋਂ ਸਵਾਲ ਆਇਆ, ਸਮਝਾਣ, ਬੱਚੇ ਵੀ ਤਾਂ ਕਮਾਲ ਹੀ ਕਰਦੇ ਨੇ ਵੀ ਜੇ ਦੂਰ ਜਾਓ ਤੇ ਫਿਰ ਅਸੀਂ ਰਿਸ਼ਤਾ ਛੱਡ ਦਈਏ, ਕਿੰਨੀ ਮਾੜੀ ਗੱਲ ਹੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਉਹਨੂੰ ਇਹ ਬਹਿ ਕੇ ਸਮਝਾਉਣ ਵੀ ਲੜਕੀ ਨੂੰ ਆਪਾਂ ਕਹਾਂਗੇ ਜੋਬ ਬਦਲ ਦੇਗੀ, ਕਿਤੇ ਨੇੜੇ ਲੈ ਲੇਗੀ, ਚਲੋ ਇੱਥੇ ਨਹੀਂ ਹੋਏਗੀ, ਤੁਸੀਂ ਕਿਤੇ ਹੋਰ ਥੋੜੀ ਜਗ੍ਹਾ ਅੱਗੇ ਅੱਗੇ ਰਹਿ ਲਓ, ਤੇ ਵੇਖਣਾ ਇੱਕ ਪਹਾੜ ਨੂੰ ਨਹੀਂ ਦੇਖਦੀ ਜਿਹਦਾ ਥੋੜੀ ਜਿਹੀ ਇੱਕ ਗੇਟ ਦੀ ਜਗ੍ਹਾ ਲੈਣ ਪਿੱਛੇ ਪਹਾੜ ਡਿੱਗ ਦਈਏ, ਇਹ ਕਿਸੇ ਦੂਰ ਜਾਣ ਪਿੱਛੇ ਕਿਸੇ ਰਿਸ਼ਤੇ ਧੀ ਦਾ ਰਿਸ਼ਤਾ ਛੱਡ ਦਈਏ, ਇਹ ਕੋਈ ਸਮਾਜ ਦੇ ਵਿੱਚ ਚੰਗਾ ਨਹੀਂ ਲੱਗਦਾ। ਉਹਦੀ ਮਦਰ ਸੁਣਦੇ ਨੇ, ਉਹਨੂੰ ਬਹਿ ਕੇ ਸਮਝਾਉਣ, ਇਹ ਤਾਂ ਕੋਈ ਬਹਿ ਕੇ ਐਵੇਂ ਮਜ਼ਾਕ ਹੀ ਕਰੇਗਾ ਕਿ ਯਾਰ ਤੂੰ ਦੂਰ ਜਾਣ ਵੋ ਜਾਣ ਪਿੱਛੇ ਲੜਕੇ ਰਿਸ਼ਤਾ ਛੱਡਤਾ। ਹੁਣ ਬੱਚੇ ਨੂੰ ਸਮਝਾਉਣਾ ਹੁੰਦਾ, ਕੋਈ ਦੋਸਤ ਮਿੱਤਰ ਉਹਨੂੰ ਵੀ ਕਹਿਣੇ ਵੀ ਇਹਨੂੰ ਸਮਝਾਓ ਵੀ ਦੂਰ ਪਿੱਛੇ ਨਾ ਛੱਡੋ, ਕੋਈ ਹੋਰ ਪ੍ਰੋਬਲਮ ਤੇ ਦੱਸੋ, ਕੋਈ ਮਾੜਾ ਹੈ ਕੋਈ ਹੋਰ ਹੈ, ਪਰ ਜੋ ਪਿੱਛੇ ਨਾ ਕਰੋ। ਐਵੇਂ ਜੋਬਾਂ ਦਾ ਕੀ, ਉਹ ਤਾਂ ਬਦਲਦੇ ਰਹਿੰਦੇ ਆ, ਨੇੜੇ ਦੂਰ ਟ੍ਰਾਂਸਫਰ ਹੁੰਦੀ ਰਹਿੰਦੀ ਹੈ। ਰਿਸ਼ਤੇ ਤਾਂ ਇੱਕ ਬੜੀ ਚੀਜ਼ ਹੈ, ਜ਼ਿੰਦਗੀ ਦੀ ਗੰਢ ਹੈ, ਜ਼ਿੰਦਗੀ ਦਾ ਇੱਕ ਸਾਡੀ ਲਾਈਫ ਹੈ, ਤਾਂ ਅਸੀਂ ਇਹਦੇ ਪਿੱਛੇ ਕਿਸੇ ਧੀ ਨੂੰ ਤਕਲੀਫ ਦਈਏ, ਬਹੁਤ ਮਾੜੀ ਗੱਲ ਹੈ। ਉਹਦੀ ਮਦਰ ਸੱਚੀ ਹੈ, ਮਾਵਾਂ ਸੱਚੀਆਂ ਹੁੰਦੀਆਂ, ਕੀ ਕਰੀਏ। ਬੱਚੇ ਕਈ ਵਾਰ ਨਹੀਂ ਕਹਿਣੇ ਚਾਹੁੰਦੇ, ਤੇ ਬੱਚਿਆਂ ਨੂੰ ਕਹਿਣੇ ਮਾਂ ਬਾਪ, ਮਾਂ ਬਾਪ ਵਾਸਤੇ ਤਾਂ ਕੋਈ ਬੜੀ ਵੱਡੀ ਪ੍ਰੋਬਲਮ ਆ ਜਾਂਦੀ, ਬੜਾ ਵੱਡਾ ਸਦਮਾ ਹੈ, ਬੱਚੇ ਆਖੇ ਨਾਲ ਅੱਗੇ ਰਿਸ਼ਤੇ ਦੂਰ ਕਰਦੇ। ਮੈਂ ਉਹ ਕਹਾਂਗੀ, ਇਹਨੂੰ ਬਹਿ ਕੇ ਸਮਝਾਓ ਬੇਟਾ, ਆਪਾਂ ਕੁੜੀ ਨੂੰ ਕਹਾਂਗੇ ਨਜ਼ਦੀਕ ਤੇ ਜੋਬ ਬਦਲ ਕੇ ਨੇੜੇ ਆ ਜਾਏਗੀ, ਰਿਸ਼ਤਾ ਛੱਡ ਕੇ ਦੁਸ਼ਮਣੀਆਂ ਤੇ ਨਾ ਪਾਈਏ ਕਿਸੇ ਨਾਲ, ਨਾਲੇ ਲੋਕਾਂ 'ਚ ਚਰਚਾ, ਨਾਲੇ ਘਰ 'ਚ ਪਰੇਸ਼ਾਨੀ, ਨਾਲੇ ਮਾਂ ਬਾਪ। ਠੀਕ ਹੈ ਆਂਟੀ ਜੀ, ਆਈ ਨੋ, ਥੋੜ੍ਹਾ ਉਹ ਹੀ ਯੰਗ ਬੱਚੇ ਕਿਸ ਤਰ੍ਹਾਂ ਸੋਚ ਰਹੇ ਨੇ ਅੱਜ ਕੱਲ੍ਹ, ਉਹ ਵੀ ਇੱਕ ਦਰਸਾਉਂਦਾ ਹੈ ਕਿ ਉਹ ਹਮ ਬੜੀ ਵਾਰੀ ਦੇਖਿਆ ਕਿ ਬੱਚਿਆਂ ਦਾ ਹੋਇਆ ਕਿ ਜੀ ਕਾਲਜ ਦੂਰ ਚਲਾ ਗਿਆ ਤੇ ਬ੍ਰੇਕਅਪ ਹੋ ਗਿਆ। ਸੋ ਬਹੁਤ ਵਧੀਆ ਤੁਹਾਡੀ ਗੱਲ ਸੁਣਦੇ ਪਏ ਨੇ, ਹੋਰ ਪੁੱਛਦੇ ਆ, ਬਹੁਤ ਵਧੀਆ, ਹੋਰ ਪੁੱਛਦੇ ਆ ਕੀ ਕਹਿ ਰਹੇ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ, ਮੈਂ ਗੁਰਦੀਪ ਬੋਲਦਾ ਜੀ। ਹਾਂਜੀ ਗੁਰਦੀਪ ਜੀ, ਦੱਸੋ ਕੀ ਕਹਿੰਦੇ ਹੋ ਅੱਜ? ਰਿਸ਼ਤੇ ਜਿੱਦ ਨਾਲ ਨਹੀਂ ਨਿਭਦੇ, ਪਿਆਰ ਨਾਲ ਨਿਭਦੇ ਆ। ਕੁੜੀ ਠੀਕ ਹੈ, ਮੁੰਡੇ ਦਾ ਪਿਆਰ ਝੂਠਾ ਹੈ, ਇਸ ਲਈ ਜੇ ਵਿਆਹ ਹੋ ਵੀ ਗਿਆ ਤੇ ਕਦੇ ਵੀ ਨਿਭੇਗਾ ਨਹੀਂ, ਮੇਰਾ ਐਕਸਪੀਰੀਅੰਸ ਆ। ਇਸ ਲਈ ਮਾਂ ਨੂੰ ਜਿੱਦ ਛੱਡ ਕੇ ਆਪਣੀ ਇਸ ਨਿਊ ਜਨਰੇਸ਼ਨ ਦੇ ਅਨੁਸਾਰ ਢਾਲਣਾ ਪਏਗਾ। ਹਾਂ, ਇੱਕ ਕੋਸ਼ਿਸ਼ ਕਰ ਸਕਦੀ ਹੈ ਮਾਂ ਕਿ ਉਹ ਕੁੜੀ ਨੂੰ ਕਵੇ ਕਿ ਤੂੰ ਕੰਪਰੋਮਾਈਜ਼ ਕਰ ਲੈ, ਇੱਥੇ ਆ ਜਾ, ਚੱਲ ਥੋੜੀ ਘਟੀਆ ਜੋਬ ਵੀ ਮਿਲ ਜਾਏਗੀ ਤਾਂ ਕੋਈ ਗੱਲ ਨਹੀਂ। ਪਰ ਇਹ ਮੁੰਡਾ ਜੇ ਹੁਣ ਹੁਣ ਏਦਾਂ ਇੰਨਾ ਪਿਆਰ ਹੋਣ ਦੇ ਬਾਵਜੂਦ ਛੱਡ ਰਿਹਾ ਉਹਨੂੰ, ਇੱਕ ਛੋਟੀ ਜਿਹੀ ਗੱਲ ਬਦਲੇ, ਅਸੀਂ ਆਰਮੀ 'ਚ ਹੁੰਦੇ ਸੀ ਤਾਂ ਸਾਡੀਆਂ ਵਾਈਫ ਪਿੱਛੇ ਰਹਿੰਦੀਆਂ ਸੀ, ਬਹੁਤ ਇੱਥੇ ਅਮੈਰੀਕਾ 'ਚ ਆਏ ਲੋਕ, ਚਾਰ ਚਾਰ ਸਾਲ ਨਾਲ ਦਸ ਦਸ ਸਾਲ ਆਪਣੀ ਵਾਈਫ ਨੂੰ ਮੈਨੂੰ ਨਹੀਂ ਮਿਲਦੇ, ਉਹ ਕੀ ਛੱਡ ਦਿੰਦੇ ਆ ਰਿਸ਼ਤੇ, ਰਿਸ਼ਤੇ ਏਦਾਂ ਨਹੀਂ ਨਿਭਦੇ। ਇਹ ਮਾਂ ਮਾਂ ਗਲਤੀ ਕਰੇਗੀ, ਜੇ ਵਿਆਹ ਹੋ ਵੀ ਗਿਆ ਕਦੇ ਵੀ ਸਿਰੇ ਨਹੀਂ ਚੜੇਗਾ। ਮੁੰਡੇ ਨੂੰ ਉਹਨੂੰ ਫਰੀਡਮ ਦੇ ਦਿਓ, ਲੈਟ ਯੂ ਡੂ, ਤੇਰੀ ਪ੍ਰੋਬਲਮ ਹੈ ਕਾਕਾ, ਜੋ ਤੂੰ ਕਰਨਾ ਯੂ ਡੂ, ਕਿਉਂਕਿ ਕੱਲ ਨੂੰ ਫਿਰ ਉਹਨੂੰ ਮੁੰਡੇ ਨੂੰ ਇਹ ਵੀ ਕਹਿਦਾ ਕਿ ਜੇ ਕੱਲ ਨੂੰ ਕੋਈ ਗੱਲ ਹੋ ਗਈ ਤੇ ਮੈਂ ਰਿਸਪੋਨਸੀਬਲ ਨਹੀਂ ਹੋਵਾਂਗੇ ਉਹਦੀ। ਇਹਨੂੰ ਮਾਤਾ ਨੂੰ ਥੋੜਾ ਸਮਝਣਾ ਪਏਗਾ, ਅੱਜ ਕੱਲ ਦੀ ਜਨਰੇਸ਼ਨ ਦੇ ਅਨੁਸਾਰ ਢਾਲਣਾ ਪਏਗਾ। ਥੈਂਕ ਯੂ ਜੀ। ਓਕੇ ਗੁਰਦੀਪ ਜੀ, ਆਈ ਨੋ
प्यार नाल रिश्ते बने जा सकते ने, जबरदस्ती नहीं हो सकते, दैट इज़ अंडरस्टैंडेबल कि ये इन्हों की चाण नाल घट हुंदा, पर वो इस किस तरह नज़रिया दोनों जनरेशनस का फर्क है इस वेले वो दिखण नूं मिल रहा है। आई थिंक लेट्स सी होर की कर रहे हैं, होर की कह रहे हैं। हैलो, हाँ जी ज्ञान सिंह जी दसो। सत श्री अकाल जी। देखो जी, मैं तो ये कहूंगा भी एक नूं कुर्बानी देनी पैंदी है, आम तौर ते कुड़ियां नूं कुर्बानी देनी पैंदी है। हां जी, ते जां ते ये होवे भी कुड़ी अपनी जॉब छड़ के इत्थे लागे जिथे कहिंदे कर लैणा, ते जे कॉम्प्रोमाइज कर लैण ते कुड़ी जॉब उत्थे भी कर लवे ते मुंडा उहनां विआह कर लवे, तां कहिड़ी गल है? 2 साल दी गल है, फिर कुड़ी दोबारा भी आ सकदी आ। ये तां अपनी मां नूं भी खुश कर सकदा है ते कम भी ठीक हो सकदा। मेरे हिसाब नाल दोवें गल्लां हो सकदियां है जी। बई जां तां इह मुंडा मन जावे भी कोई एडी गल नहीं कि 2 साल रवे उत्थे जॉब कर लवे, आ जाके फायदा ते इसे परिवार नूं होणा, मुंडे वाले परिवार नूं। बिलकुल ठीक ने। हां जी, आ जाके कुड़ी ते परिवार नूं थोड़ा हो जाना, जे कमाई आउणा पैसा आउणा कुछ करना उहने ते इहनां दे परिवार च ही आउणा आ, किहड़ी एडी गल है? हुण इत्थे जिहड़े आपणे कई लोग इत्थे 20-20 साल दे बैठे आपणे पिछे फैमिलियां छड्ड के, ते की उह नहीं कट रहे? एडी किहड़ी गल है? ਤੇ ਵੈਸੇ ਤੇ ਮੁੰਡੇ ਨੂੰ ਹੀ ਮੰਨ ਜਾਣਾ ਚਾਹੀਦਾ। ਆਈ نو ਉਹ ਇਸ ਵੇਲੇ ਮੁੰਡਾ ਸਭ ਨੂੰ ਸ਼ੌਕ ਕਰ ਰਿਹਾ ਹੈ, ਲਾਈਕ ਯੂ نو ਸਾਰੇ ਦੇਖੋ ਜੀ, ਇੱਕ ਮਾਂ ਨੂੰ ਵੀ ਕਿੰਨਾ ਸ਼ੌਕ ਲੱਗਿਆ ਤੁਸੀਂ ਜਿਵੇਂ ਦੱਸਦੇ ਹਨਾ, ਤੇ ਮੁੰਡੇ ਨੂੰ ਅੜਨਾ ਨਹੀਂ ਚਾਹੀਦਾ ਮੇਰੇ ਹਿਸਾਬ ਦੇ ਨਾਲ ਹਨਾ। ਆਪਣੀ ਮਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੀਦਾ, ਜੇ ਮਾਂ ਆਪਣੇ ਨੂੰ ਨਾਰਾਜ਼ ਕਰ ਲਿਆ ਸਮਝ ਲਓ ਕੁਛ ਨਹੀਂ ਖੱਟਿਆ ਉਹਨੇ, ਹੈ ਜੀ। ਹੁਣ ਜਦੋਂ ਅਸੀਂ ਆਪਣੀ ਮਿਸਾਲ ਦਿੰਦੇ ਹਾਂ, ਅਸੀਂ ਤਾਂ ਫਿਰ ਇਹੀ ਕਹਿੰਦੇ ਵੀ ਮਾਂ ਤੋਂ ਬਾਅਦ ਉੱਪਰ ਕੋਈ ਨੀਗਾ, ਮਾਂ ਦੀ ਖੁਸ਼ੀ ਲਈ ਮੁੰਡਾ ਕੁਰਬਾਨੀ ਦੇਵੇ, ਕੁੜੀ ਨੂੰ ਮਨਾ ਕੇ ਦੇਖ ਲੈਣ, ਜੇ ਉਹ ਸੌਖੀ ਮੰਨਦੀ ਹੈ ਵੀ ਮੈਂ ਆ ਜਾਣੀ ਤਾਂ ਫਿਰ ਸੋਨੇ ਤੇ ਸੁਹਾਗਾ ਹੀ ਹੈ, ਜੇਕਰ ਉਹਦੀ ਮਜਬੂਰੀ ਵੀ ਹੈ ਤੇ ਕਿਹੜੀ ਗੱਲ ਹੈ? ਹੈ, ਇਹ ਮੁੰਡੇ ਨੂੰ ਮੰਨ ਜਾਣਾ ਚਾਹੀਦਾ ਮੇਰੇ ਹਿਸਾਬ ਨਾਲ। ਆਈ نو ਮੇਰੇ ਹਿਸਾਬ ਨਾਲ। ਥੈਂਕ ਯੂ ਸੋ ਮੱਚ। ਹੋਰ ਵੀ ਕੁਝ ਧਿਆਨ ਆਏ ਤੇ ਜ਼ਰੂਰ ਕਾਲ ਕਰੋ, ਯੂ نو ਸ਼ੋ ਹੁਣ ਚੱਲ ਰਿਹਾ ਹੈ, ਪਰ ਉਹ ਹੀ ਕਿ ਇਸ ਵੇਲੇ ਸਾਰਿਆਂ ਨੂੰ ਇਹ ਲੱਗ ਰਿਹਾ ਕਿ ਮੁੰਡਾ ਕਿਉਂ ਅੜਿਆ ਹੋਇਆ, ਬਟ ਥੋੜ੍ਹਾ ਜਿਹਾ ਸਮਝਣ ਲਈ ਤਾਂ ਹੀ ਮੈਂ ਬਿਲਕੁਲ ਰਿਕੁਐਸਟ ਕਰ ਰਹੀ ਹਾਂ, ਕੋਈ ਯੰਗਰ ਜਨਰੇਸ਼ਨ ਦਾ ਬੱਚਾ ਘਰ ਹੋਏ ਜ਼ਰੂਰ ਉਹਨੂੰ ਪੁੱਛੋ ਕਿ ਵਾਕਈ ਉਹ ਵੀ ਇਸੇ ਤਰ੍ਹਾਂ ਸੋਚਦਾ, ਕਿਉਂਕਿ ਇਹ ਬੜੀ ਵਾਰੀ ਸੁਣਨ ਨੂੰ ਆਇਆ ਕਿ ਬੱਚੇ ਦੂਰ ਹੋਣ ਦੇ ਉਹਦੇ 'ਚ ਰਿਸ਼ਤਾ ਤੋੜ ਦਿੰਦੇ ਆ, ਜਿਹੜੀ ਕਿ ਸਾਡੇ ਸਾਰਿਆਂ ਦੇ ਵਾਸਤੇ ਬੜੀ ਅਜੀਬ ਗੱਲ ਹੈ ਕਿ ਇੱਕ ਤੁਹਾਨੂੰ ਚੀਜ਼ ਮਿਲ ਗਈ, ਯੂ نو ਸਾਰੇ ਇੱਕ ਅੱਛਾ ਪਾਰਟਨਰ ਲੱਭਦੇ ਨੇ, ਇੱਕ ਅੱਛੀ ਚੀਜ਼, ਇੱਕ ਅੱਛਾ ਪਾਰਟਨਰ ਲੱਗਦਾ ਤੁਹਾਨੂੰ ਕਿ ਮਿਲ ਗਿਆ, ਅਤੇ ਉਹਨੂੰ ਤੁਸੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਵਾਸਤੇ ਜਿਹੜੀਆਂ ਕਿ ਕੱਲ੍ਹ ਨੂੰ ਕਿਹਨੂੰ ਪਤਾ ਹੈ ਕਿ ਤੁਹਾਡੀ ਜੋਬ ਸੇਮ ਜਗ੍ਹਾ 'ਤੇ ਹੀ ਹਮੇਸ਼ਾ ਆਉਣੀ ਹੈ ਅਗਰ ਤੁਸੀਂ ਜੋਬਸ ਕਰਨੀਆਂ ਉਸ ਤਰ੍ਹਾਂ ਦੀਆਂ, ਅਤੇ ਫਿਰ ਉਹਦੇ ਪਿੱਛੇ ਛੋੜ ਦੇਣਾ ਸਾਨੂੰ ਔਡ ਲੱਗਦਾ, ਬਟ ਦੂਜੇ ਪਾਸੇ ਕਿਸ ਤਰ੍ਹਾਂ ਕੌਣ ਕੀ ਸੋਚ ਰਿਹਾ। ਐਂਡ ਵਾਕਈ ਉਹੀ ਆਂਟੀ ਜੀ ਵਾਲੀ ਗੱਲ ਵੀ ਕਿ ਅਗਰ ਤਾਂ ਸਿਰਫ ਜੋਬ ਦਾ ਕਿੱਸਾ ਹੈ ਫਿਰ ਤਾਂ ਬੜਾ ਔਡ ਲੱਗ ਰਿਹਾ, ਪਰ ਵਾਕਈ ਕੋਈ ਹੋਰ ਵੀ ਚੀਜ਼ਾਂ ਸੀ ਜਿਹੜੀਆਂ ਇਹ ਉਹਦੇ ਉੱਤੇ ਕਹਿੰਦੇ ਨਾ ਆਈਸਿੰਗ ਔਨ ਦਾ ਟੋਪ ਹੋ ਗਈ ਕਿ ਹਾਂ ਇੱਕ ਹੋਰ ਰੀਜ਼ਨ ਮਿਲ ਗਿਆ ਅਤੇ ਉਹ ਰੀਜ਼ਨ ਤੁਸੀਂ ਲੈ ਕੇ ਇਹ ਚੀਜ਼ ਸਟੈਪ ਲੈ ਰਹੇ ਹੋ। ਪਹਿਲੇ ਹੀ ਥੋੜ੍ਹਾ ਜਿਹਾ ਕੁਛ ਇਸ ਤਰ੍ਹਾਂ ਦਾ ਦਿਮਾਗ 'ਚ ਹੋਏ ਮੁੰਡੇ ਦੇ, ਉਹ ਡਿਫਰੈਂਟ ਗੱਲ ਹੈ ਕਿ ਮਤਲਬ ਪਹਿਲੇ ਹੀ ਮੈਂ ਛੋੜਨਾ ਸੀ, ਚਲੋ ਇਹ ਹੋ ਗਿਆ, ਨਾਓ ਆਈ ਹੈਵ ਸਮਥਿੰਗ ਸੋਲਿਡ ਟੂ ਸੇ ਕਿ ਨਹੀਂ ਜੀ ਇਹ ਨਹੀਂ ਮੈਨੂੰ ਚਾਹੀਦਾ। ਸੋ ਅਗਰ ਕੁਛ ਐਸਾ ਹੈਗਾ ਜਿਹੜਾ ਪਹਿਲੇ ਹੀ ਦਿਮਾਗ ਦੇ ਵਿੱਚ ਕੁਛ ਚੱਲ ਰਿਹਾ ਹੈ ਜਾਂ ਕੋਈ ਦੂਰੀਆਂ, ਉਹ ਜ਼ਰੂਰ ਡਿਫਰੈਂਟ ਗੱਲ ਹੈ, ਪਰ ਵਾਕਈ ਸਭ ਨੂੰ ਇਹੀ ਲੱਗ ਰਿਹਾ ਕਿ ਮੁੰਡਾ ਔਡ ਫੀਲ ਔਡ ਹੈਗਾ ਹੈ ਕਿ ਉਹ ਤੋੜ ਰਿਹਾ ਕਿਉਂਕਿ ਆਪਣੀ ਪਸੰਦ ਸੀ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ, ਤੁਸੀਂ ਆਪਣਾ ਐਕਸਪੀਰੀਅੰਸ ਅਤੇ ਆਪਣੀ ਗੱਲ ਜ਼ਰੂਰ ਕਹੋ। ਸਾਰਿਆਂ ਦਾ ਫਿਰ ਸਵਾਗਤ ਹੈ। ਲੌਂਗ ਡਿਸਟੈਂਸ ਰਿਲੇਸ਼ਨਸ਼ਿਪ, ਕਿਸ ਤਰ੍ਹਾਂ ਜਨਰੇਸ਼ਨਲੀ ਅਸੀਂ ਨਜ਼ਰੀਆ ਬਿਲਕੁਲ ਬਦਲ ਗਿਆ, ਮੈਨੂੰ ਲੱਗਦਾ ਸਾਡੇ ਹਿਸਾਬ ਨਾਲ ਲੱਗੇਗਾ ਕਿ ਥੋੜ੍ਹਾ ਡਿਸਟੈਂਸ, ਵਿਆਹ ਤੋਂ ਪਹਿਲੇ ਥੋੜ੍ਹਾ ਡਿਸਟੈਂਸ ਹੋ ਜਾਏਗਾ ਅਤੇ ਗਰੋਸ ਫੌਂਡਨੈਸ ਹੋਰ ਚਾਹ ਰਹੇਗਾ ਮਿਲਣ ਦਾ, ਬਟ ਯੂ نو ਇਸ ਤਰ੍ਹਾਂ ਬੱਚੇ ਸੋਚ ਰਹੇ ਨੇ, ਕੀ ਕਹਿੰਦੇ ਹੋ ਜ਼ਰੂਰ ਗੱਲ ਕਰੋ, ਲੈਟਸ ਸੀ ਕੀ ਕਹਿ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੇਰਾ ਨਾਮ ਚਰਨਜੀਤ ਹੈ। ਚਰਨਜੀਤ ਜੀ ਸਵਾਗਤ ਹੈ। ਤੇ ਮੈਂ ਇਹ ਕਹਿੰਦਾ ਕਿ ਇਹਨਾਂ ਦੇ ਮਦਰ ਨੂੰ ਜਾਂ ਹੋਰ ਕੋਈ ਇਹਨਾਂ ਦੇ ਰਿਸ਼ਤੇਦਾਰ ਨੂੰ ਉਹਦੇ ਨਾਲ ਗੱਲ ਕਰਨੀ ਚਾਹੀਦੀ ਹੈ ਕਿ
ਜੇਕਰ 2 ਸਾਲ ਉਹ ਬਾਹਰ ਹੈ, ਇਟਸ ਅ ਮੈਟਰ ਆਫ ਪ੍ਰਾਈਡ ਕਿ ਉਸ ਲੜਕੀ ਨੂੰ ਕੋਈ ਸਪੈਸ਼ਲ ਜੋਬ ਆਫਰ ਹੋਈ ਹੈ, ਠੀਕ ਹੈ, ਇਟ ਵਿਲ ਲੁੱਕ ਮਚ ਮੋਰ ਬੈਟਰ ਔਨ ਹਰ ਰੈਜ਼ਿਊਮੇ। ਦੂਸਰੀ ਗੱਲ ਇਹ ਹੈ ਕਿ 2 ਸਾਲ ਜਿਹੜਾ ਗੈਪ ਹੈ ਉਹ ਕੋਈ ਜ਼ਿਆਦਾ ਨਹੀਂ ਹੁੰਦਾ। ਜ਼ਿਆਦਾਤਰ ਮੈਂ ਦੇਖਿਆ ਕਿ ਕੁੜੀਆਂ ਮਤਲਬ ਕਿ ਲਾਈਕ ਨਹੀਂ ਕਰਦੀਆਂ, ਮੁੰਡਿਆਂ ਵੱਲੋਂ ਤਾਂ ਮੈਂ ਕਦੀ ਨਹੀਂ ਦੇਖੀ। ਸੋ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਗੱਲ ਕੋਈ ਹੋਰ ਹੈ। ਗੱਲ ਇਹ ਹੈ ਕਿ ਇੱਕ ਤੇ ਮੁੰਡੇ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜੇਕਰ ਹੋਰ ਕੋਈ ਵੀ ਰਿਸ਼ਤਾ ਇਸਟੈਬਲਿਸ਼ ਕਰੇਗਾ ਤੇ ਉਹਦੇ ਵਿੱਚ ਫਿਰ ਸਾਲ ਤੇ ਲੱਗ ਜਾਏਗਾ। ਜੀ 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 ਤੇ ਜਾਂ ਮੈਨੂੰ ਲੱਗਦਾ ਹੈ ਕਿ ਉਹਨੇ ਕੋਈ ਹੋਰ ਕੁੜੀ ਤਿਆਰ ਕਰ ਲਈ ਹੈ, ਇਹ ਉਹਨੂੰ ਮਤਲਬ ਕਿ ਇਸ ਰਿਸ਼ਤੇ ਨੂੰ ਛੱਡਣ ਦੇ ਵਾਸਤੇ ਇਹ ਆਪਣੇ ਗਰਾਊਂਡ ਜਿਹੜੀਆਂ ਨੇ ਪੱਕੀਆਂ ਕਰ ਰਿਹਾ। ਨਹੀਂ ਤੇ ਇੱਕਦਮ ਇਸ ਤਰ੍ਹਾਂ ਕੋਈ ਬੰਦਾ ਛੱਡਦਾ ਨਹੀਂ ਹੈ। ਸੋ ਮੇਰਾ ਖਿਆਲ ਹੈ ਕਿ ਉਹਦੇ ਨਾਲ ਡਿਸਕਸ ਕਰਨੀਆਂ ਚਾਹੀਦੀਆਂ ਨੇ, ਪਲੱਸ ਔਰ ਮਾਈਨਸ ਤੇ ਮੈਨੂੰ ਕੋਈ ਇਹਦੇ ਚ ਨਜ਼ਰ ਨਹੀਂ ਆਉਂਦੀ। ਵਿਸ਼ਰ ਤੇ ਕਿ ਵੀ ਉਹਦੇ ਕੋਲ ਕੋਈ ਹੋਰ ਕੋਈ ਕੁੜੀ ਤਿਆਰ ਹੋਵੇ, ਉਹ ਕਹਿੰਦਾ ਹੋਏ ਹੁਣ ਮੈਨੂੰ ਚੰਗਾ ਬਹਾਨਾ ਮਿਲਿਆ ਤੇ ਮੈਂ ਇਸ ਐਕਸਕਿਊਜ਼ ਦੇ ਨਾਲ ਮੈਂ ਪੁਰਾਣੀ ਕੁੜੀ ਨੂੰ ਛੱਡ ਦਿਆਂਗਾ। ਓਕੇ, ਤੁਸੀਂ ਇਹ ਸੋਚ ਰਹੇ ਹੋ। ਸੋ ਪਰ ਮਾਂ ਦੇ ਹਿਸਾਬ ਨਾਲ ਤੁਸੀਂ ਕੀ ਸੋਚਦੇ ਹੋ, ਮਾਂ ਕੀ ਕਰ ਸਕਦੀ ਹੈ ਇਸ ਵੇਲੇ? ਮਾਂ ਜਿਹੜੀ ਹੈ ਆਪਣੇ ਹੋਰ ਭੈਣਾਂ ਭਰਾਵਾਂ ਦੀ ਜਿਹੜੀ ਹੈ ਸਹਾਇਤਾ ਲੈ ਸਕਦੀ ਹੈ। ਉਹਨੂੰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਵੀ ਕਿੰਨਾ ਉਹਦੇ ਨਾਲ ਦੂਸਰੇ ਜਿਹੜੇ ਭੈਣ ਭਰਾ ਨੇ ਜਾਂ ਰਿਸ਼ਤੇਦਾਰ ਨੇ ਉਹ ਵੀ ਉਹਨਾਂ ਨੂੰ ਕਨਵਿੰਸ ਕਰ ਰਹੇ ਨੇ ਕਿ ਇਹ ਤੇ ਬੜੀ ਪ੍ਰਾਈਡ ਦੀ ਗੱਲ ਹੈ, ਬੜੀ ਚੰਗੀ ਗੱਲ ਹੈ, 2 ਸਾਲ ਤਾਂ ਕੁਛ ਵੀ ਨਹੀਂ ਹੈਗੇ। ਠੀਕ ਹੈ ਜੀ, ਓਕੇ, ਬਹੁਤ ਵਧੀਆ, ਥੈਂਕ ਯੂ ਸੋ ਮਚ ਫੋਰ ਕਾਲਿੰਗ। ਇਹਨਾਂ ਨੂੰ ਪੁੱਛਦੇ ਹਾਂ ਕੀ ਕਹਿ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ, ਹਰਮਿੰਦਰ ਬੋਲਦੀ ਪਈ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਹਾਂਜੀ ਦੱਸੋ। ਮੈਂ ਕਹਿਣਾ ਸੀ ਕਿ ਬੋਥ ਬੋਏ ਐਂਡ ਗਰਲ ਉਹ ਕੈਰੀਅਰ ਓਰੀਐਂਟਿਡ ਹੈਗੇ ਨੇ ਜੀ, ਤੇ ਕੁੜੀ ਵੀ ਸਪੈਸ਼ਲਾਈਜ਼ਡ ਜੋਬ ਹੈ ਜੀ। ਠੀਕ ਹੈ, ਅੱਜ ਉਹ ਕਹਿੰਦੀ ਪਈ ਹੈ ਕਿ ਮੈਂ 2 ਸਾਲ ਵਾਸਤੇ ਇੱਥੇ ਰਹਿਣਾ, ਕੱਲ ਨੂੰ ਉਹਦੀ ਜੋਬ ਉੱਥੇ ਹੀ ਮੁੜ ਕੇ ਲੱਗ ਜਾਂਦੀ ਹੈ, ਤੇ ਉਹ ਕੀ ਗਰੰਟੀ ਦੇਗੀ ਕਿ ਉਹ ਵਾਪਿਸ ਆਏਗੀ? ਫਿਰ ਬਾਅਦ 2 ਸਾਲ ਬਾਅਦ ਫਿਰ ਤਾਂ ਸੇਮ ਸਿਚੁਏਸ਼ਨ ਕ੍ਰੀਏਟ ਹੋਵੇ, ਤੇ ਇਸ ਤੋਂ ਪਹਿਲੇ ਕਲੀਅਰ ਕਰਨ ਕਿ ਵੈਦਰ ਸ਼ੀ ਇਜ਼ ਕਮਿੰਗ ਆਫਟਰ 2 ਈਅਰ ਫੋਰ ਸ਼ੋਰ, ਕੱਲ ਨੂੰ ਨਹੀਂ ਜੋਬ ਮਿਲਦੀ ਤਾਂ ਨਹੀਂ ਆਏਗੀ ਜੀ, ਦੈਟ ਇਜ਼ ਪੋਸੀਬਿਲਿਟੀ ਟੂ। ਬਾਕੀ ਕਿਉਂਕਿ ਇਹ ਰਿਲੇਸ਼ਨਸ਼ਿਪ ਓਰੀਐਂਟਿਡ ਨਹੀਂ ਹੈ, ਕੈਰੀਅਰ ਓਰੀਐਂਟਿਡ ਹੈਗੇ ਨੇ। ਕਿਉਂਕਿ ਦੇਖੋ ਪਹਿਲੇ ਇੰਡੀਆ ਵਿੱਚ ਹੁਣ ਵੀ ਤੁਸੀਂ ਦੇਖੋ ਜਿਹੜੇ ਫੌਜੀ ਜੋਬ ਕਰਨ ਜਾਂਦੇ ਨੇ 2-2 ਸਾਲ 3-3 ਸਾਲ ਨਹੀਂ ਆਉਂਦੇ, ਕੁੜੀਆਂ ਰਹਿੰਦੀਆਂ ਨੇ ਜੀ, ਤੇ ਦੈਟ ਇਜ਼ ਪੋਸੀਬਿਲਿਟੀ ਹੈ। ਜੇ ਤਾਂ ਤੁਸੀਂ ਰਿਲੇਸ਼ਨਸ਼ਿਪ ਓਰੀਐਂਟਿਡ ਹੋ ਫਿਰ ਤਾਂ ਤੁਸੀਂ ਮਤਲਬ ਮੁੰਡੇ ਨੂੰ ਮੰਨ ਜਾਣਾ ਚਾਹੀਦਾ, ਜੇ ਕੁੜੀ ਗਰੰਟੀ ਦੇਵੇ ਕਿ ਵੀ ਮੈਂ 2 ਸਾਲ ਬਾਅਦ ਫਰ ਸ਼ੋਰ ਵਾਪਿਸ ਆ ਜਾਵਾਂਗੀ, 2 ਸਾਲ ਬਾਅਦ ਅਗੇਨ ਇਹ ਸਿਚੁਏਸ਼ਨ ਕ੍ਰੀਏਟ ਹੋ ਜਾਵੇ ਕਿ ਵੀ ਮੇਰੀ ਜੋਬ ਤੇ ਇੱਥੇ ਹੈ, ਮੈਨੂੰ ਤੇ ਉੱਥੇ ਜੋਬ ਮਿਲਣੀ ਨਹੀਂ ਹੈ ਤੇ ਮੈਂ ਆ ਨਹੀਂ ਸਕਦੀ, ਤੇ ਫਿਰ ਮੁੰਡੇ ਨੂੰ ਮੁਸ਼ਕਿਲ ਹੋਏਗੀ ਨਾ। ਰਾਈਟ, ਸੋ ਤੁਹਾਨੂੰ ਕੀ ਲੱਗਦਾ ਮਦਰ ਦਾ ਕੀ ਰੋਲ ਹੈ ਇਸ ਵੇਲੇ, ਮਦਰ ਕੀ ਕਰ ਸਕਦੀ ਹੈ? ਕਿਉਂਕਿ ਆਈ ਐਮ ਹੋਪਿੰਗ ਕਿ ਸਾਰੀ ਫੈਮਿਲੀ ਦੇਖੇ, ਬਟ ਰਾਈਟ ਨਾਓ ਸਾਡਾ ਜੋ ਕੁਐਸਚਨ ਪੁੱਛਿਆ ਉਹ ਮਦਰ ਨੇ ਪੁੱਛਿਆ, ਤੇ ਉਹਦੇ ਵਾਸਤੇ ਕੀ ਤੁਸੀਂ ਕਹਿੰਦੇ ਹੋ? ਨਹੀਂ, ਮਦਰ ਨੂੰ ਬੇਟੇ ਨੂੰ ਇਹ ਕਵੇ ਕਿ ਉਹ ਕੁੜੀ ਕੋਲੋਂ ਇੱਕ ਗਰੰਟੀ ਲਵੇ ਕਿ ਸ਼ੀ ਵਿਲ ਕਮ ਬੈਕ ਆਫਟਰ 2 ਇਅਰਸ ਫਾਰ ਸ਼ੋਰ। ਇਹ ਨਾ ਕਵੇ, ਗਰੰਟੀ ਲਵੇ ਕਿ ਮੈਂ ਉੱਥੇ 2 ਸਾਲ ਬਾਅਦ ਉਹਨੂੰ ਜਵਾਬ ਇੱਥੇ ਨਹੀਂ ਮਿਲਦੀ, ਉਹ ਕਹਿੰਦੀ ਮੇਰੇ ਹੱਥੀ ਜਾਬ ਹੈ ਮੈਂ ਵਾਪਿਸ ਨਹੀਂ ਆਉਂਦੀ, ਦੈਟ ਇਜ਼ ਨਾਟ ਪੋਸੀਬਲ ਕਿ ਵੀ ਤੂੰ 2-2, 3-3, 4-4 ਸਾਲ ਬਾਹਰ ਰਹੋ ਤੇ ਆਉਣਾ ਜਾਣਾ ਮੁਸ਼ਕਿਲ ਹੋ ਜਾਂਦਾ। ਅਗਰ ਉਹ ਕਹਿੰਦੀ ਹੈ ਕਿ ਮੈਂ 2 ਸਾਲ ਬਾਅਦ ਆ ਜਾਵਾਂਗੀ, ਦੈਨ ਦੇਰ ਇਜ਼ ਦੈਨ ਦ ਬੋਏ ਕੈਨ ਵੇਟ, ਕਿਉਂਕਿ ਫਿਰ ਵਿੱਚ ਆ ਜਾ ਸਕਦੇ ਨੇ, ਕਿਉਂਕਿ ਇੱਥੇ ਇੰਨਾ ਮੁਸ਼ਕਿਲ ਨਹੀਂ ਹੈ। ਕਿ ਤੁਸੀਂ ਉਹ ਵੀ ਦੇਖੋ ਨਾ, ਬਾਕੀ ਜੋਬ ਕਰਦੇ ਹੈ 3-3, 4-4 ਮਹੀਨੇ ਅਲੱਗ ਰਹਿੰਦੇ ਹੈ, ਐਂਡ ਦੈਨ ਵਕੇਸ਼ਨ 'ਚ ਆ ਜਾਂਦੇ ਹੈ, ਦੈਟ ਪੋਸੀਬਿਲਿਟੀ ਕੈਨ ਬੀ ਡਨ। ਪਰ ਉਹ ਗਰੰਟੀ ਰਵੇ ਕਿ ਮੈਂ ਉਸ ਤੋਂ ਬਾਅਦ ਫਿਰ ਹਾਂਜੀ ਇਕੱਠੇ ਜ਼ਰੂਰ ਹੋ ਜਾਣਗੇ। ਠੀਕ ਹੈ, ਬਹੁਤ ਵਧੀਆ ਜੀ, ਥੈਂਕ ਯੂ। ਯਾ, ਦੈਟਸ ਅ ਗ੍ਰੇਟ ਥੋਟ ਕਿ ਉਸ ਵੱਲ ਵੀ ਕਿ 2 ਸਾਲ ਮੀਨਸ 2 ਸਾਲ, ਇਹ ਨਾ ਹੋਏ ਕਿ ਉਹ ਐਕਸਟੈਂਸ਼ਨ ਹੀ ਹੁੰਦੀ ਰਹੇ ਉਸ ਚੀਜ਼ ਦੀ, ਔਰ ਫਿਰ ਕਹੋ ਕਿ ਮੈਂ ਨਹੀਂ ਹੋ ਸਕਦਾ, ਅਤੇ ਇੰਨੀ ਦੇਰ ਇਹ ਬੰਦਾ ਵੇਟ ਵੀ ਕਰ ਰਿਹਾ ਅਤੇ ਫਿਰ ਅੱਗੋਂ ਇਹ ਵੀ ਨਹੀਂ ਪਤਾ ਕਿ ਫਿਊਚਰ ਕੀ ਹੈ। ਸੋ ਡੈਫੀਨੇਟਲੀ ਉਹਦੇ ਵਿੱਚ ਇੱਕ ਕੰਕਰੀਟ ਯੂ ਨੋ ਕਮਿਟਮੈਂਟ ਚਾਹੀਦੀ ਹੈ। ਐਂਡ ਦੂਜੇ ਪਾਸੇ ਅਫਕੋਰਸ ਸਾਰੀ ਦੁਨੀਆ ਨੇ ਬੜੇ ਸਾਰੇ ਦੇਖੇ ਹੋਣੇ, ਸਿਰਫ ਇੰਡੀਆ 'ਚ ਹੀ ਨਹੀਂ, ਇੱਥੇ ਕਿੰਨੇ ਬੰਦੇ ਹੈ ਜਿਹੜੇ ਆਰਮੀ ਨੇਵੀ ਦੇ ਵਿੱਚ ਜਾਂਦੇ ਨੇ ਔਰ ਫਿਰ ਪਿੱਛੇ ਵੋਟੀਆਂ ਬੈਠੀਆਂ ਹੁੰਦੀਆਂ ਵੇਟ ਕਰਦੀਆਂ, ਜਾਂ ਫਿਰ ਸਪਾਊਸਿਸ ਜਿਹੜੇ ਵੀ ਮਤਲਬ ਈਵਨ ਵਿਮੈਨ ਗੋ ਆਊਟ, ਪਰ ਉਹੀ ਉਹਦੇ ਵਿੱਚ ਕਮਿਟਮੈਂਟ ਹੈ। ਇੱਥੇ ਮੁੰਡਾ ਜਿਹਨੇ ਕਮਿਟ ਕਰਨਾ ਹੈ ਉਹੀ ਕਹਿ ਰਿਹਾ ਕਿ ਮੈਂ ਨਹੀਂ,
ਯੂ ਨੋ ਮੈਨੂੰ ਨਹੀਂ ਚਾਹੀਦਾ ਹੈ, ਮੇਰੇ ਤੋਂ ਨਹੀਂ ਹੋਏਗਾ ਇਹ ਰਿਲੇਸ਼ਨਸ਼ਿਪ ਬਿਕੋਜ਼ ਇਹ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਹੋ ਗਿਆ। ਸੋ ਸਿੰਸ ਮਦਰ ਪੁੱਛ ਰਹੀ ਹੈ, ਜ਼ਰੂਰ ਯੂ ਨੋ ਕਾਲ ਕਰਿਓ ਜੋ ਕਰ ਚੁੱਕੇ ਹੋ ਉਹ ਵੀ ਦੁਬਾਰਾ ਕਰ ਸਕਦੇ ਕਿ ਅਸਲ 'ਚ ਮਦਰ ਦਾ ਰੋਲ ਕੀ ਹੈ। ਆਈ ਨੋ ਇਟ ਵਾਜ਼ ਵੈਰੀ ਸੈਡਨਿੰਗ ਕਿ ਇੱਕ ਬੜਾ ਅੱਛਾ ਤੁਹਾਡਾ ਪੁੱਤਰ ਨਾਲ ਹੋ ਰਿਹਾ ਹੋਏ ਔਰ ਫਿਰ ਸਡਨਲੀ ਉਹ ਲੱਗੇ ਕਿ ਉਹ ਬ੍ਰੇਕਅਪ ਹੋ ਰਿਹਾ, ਖੁਦ ਵੀ ਸੈਡ ਹੈ ਪਰ ਬ੍ਰੇਕਅਪ ਵੀ ਕਰ ਰਿਹਾ, ਯੂ ਨੋ ਯੂ ਫੀਲ ਬੈਡ ਕਿ ਯਾਰ ਤੇਰੇ ਹੀ ਵੱਸ ਹੈ, ਤੂੰ ਹੀ ਹਾਂ ਕਰਨੀ ਹੈ, ਤੂੰ ਕਿਉਂ ਕਰ ਰਿਹਾ ਇੰਜ। ਪਰ ਅਲਟੀਮੇਟਲੀ ਮਦਰ ਦਾ ਰੋਲ ਔਰ ਮਦਰ ਕੀ ਕਰ ਸਕਦੀ ਹੈ ਇਹ ਜ਼ਰੂਰ ਦੱਸਿਓ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ। ਸਾਰਿਆਂ ਦਾ ਫਿਰ ਸਵਾਗਤ ਹੈ। ਜ਼ਰੂਰ ਦੱਸਿਓ ਇੱਕ ਇਹ ਸਿਚੁਏਸ਼ਨ ਨਹੀਂ, ਆਈ ਅੰਡਰਸਟੈਂਡ ਕਿ ਦੇਰ ਇਜ਼ ਅ ਡਿਫਰੈਂਸ, ਵੀ ਆਰ ਸ਼ੌਕਡ ਦ ਵੇ ਕਿਡਸ ਯੂ ਨੋ ਥਿੰਕ ਔਰ ਜਿਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਨਾਲ ਮਤਲਬ ਜੋ ਵੀ ਡਿਸੀਜਨਸ ਲੈ ਰਹੇ ਹੈ, ਜਿਸ ਤਰ੍ਹਾਂ ਇਸ ਮਾਂ ਨੇ ਕਿਹਾ ਕਿ ਮੈਂ ਬਹੁਤ ਸ਼ੌਕਡ ਹਾਂ, ਸ਼ੌਕਡ ਵੀ ਹਾਂ ਸੈਡਨਡ ਵੀ ਹਾਂ ਕਿ ਇੰਨੀ ਪਿਆਰੀ ਬੱਚੀ ਔਰ ਇਹਦਾ ਇਹ ਵੀ ਇੰਨਾ ਆਪਸ 'ਚ ਇੰਨਾ ਸਾਡਾ ਪਰਿਵਾਰ ਨਾਲ ਬੜਾ, ਔਰ ਮੈਂ ਪਰਿਵਾਰ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਨੇ ਕਿ ਜੋ ਬੱਚੇ ਕਰ ਰਹੇ ਹੈ ਉਹ ਤਾਂ ਮੰਨਣਾ ਹੀ ਪੈਣਾ। ਸੋ ਡੂ ਦੇ ਹੈਵ ਅ ਚੋਇਸ, ਲਾਈਕ ਠੀਕ ਹੈ ਬਿਠਾ ਕੇ ਸਮਝਾ ਲਓਗੇ, ਪ੍ਰੋਫੈਸ਼ਨਲਸ ਹੈ ਵੱਡੇ ਹੈ, ਆਈ ਥਿੰਕ ਤੁਸੀਂ ਕੀ ਸੋਚਦੇ ਹੋ, ਵਾਕਈ ਅਸੀਂ ਕੋਈ ਜ਼ੋਰ ਪਾ ਸਕਦੇ ਹਾਂ, ਜ਼ੋਰ ਪਾਉਣਾ ਚਾਹੀਦਾ ਹੈ ਜਾਂ ਬਿਠਾ ਕੇ ਠੀਕ ਹੈ ਮਨਾ ਲਿਆ, ਗੁੱਸੇ 'ਚ ਹੋ ਸਕਦਾ ਹੈ, ਉਦਾਸ ਹੋ ਸਕਦਾ ਹੈ ਜਿਹੜਾ ਡਿਸਾਈਡ ਨਾ ਕਰੇ, ਰਸ਼ ਵਿੱਚ ਨਾ ਡਿਸਾਈਡ ਕਰੇ, ਜਾਂ ਗੁੱਸੇ 'ਚ ਕੁਛ ਕੁੜੀ ਨੂੰ ਕਹਿਤਾ ਉਹਨੇ ਕਿਹਾ ਚੱਲ ਠੀਕ ਹੈ ਅਗਰ ਤੂੰ ਇੰਝ ਕਹਿ ਰਿਹਾ ਮੈਂ ਵੀ ਆਈ ਡੋਂਟ ਕੇਅਰ ਈਦਰ। ਸੋ ਯੂ ਨੋ ਟਾਈਮ ਪਾਉਣ ਨੂੰ ਕਹਿ ਸਕਦੇ ਹੋ, ਬਿਠਾ ਕੇ ਸਮਝਾ ਸਕਦੇ ਹੋ, ਵਿਸ਼ ਕਰ ਸਕਦੇ ਹੋ ਕਿ ਯੂ ਨੋ ਉਹਨਾਂ ਦੇ ਫਿਊਚਰ ਵਾਸਤੇ ਵਿਸ਼ ਕਰ ਸਕਦੇ ਹੋ, ਪਰ ਉਸ ਤੋਂ ਬਾਅਦ ਕੀ ਕਰ ਸਕਦੇ ਹੋ, ਤੁਹਾਡਾ ਆਪਣਾ ਰੋਲ ਕੀ ਹੈ। ਯੂ ਥਿੰਕ ਯੂ ਕੈਨ ਫੋਰਸ ਔਰ ਪੁੱਟ ਸਮ ਪ੍ਰੈਸ਼ਰ ਔਨ ਦੈਮ? ਪਲੀਜ਼ ਡੂ ਕਾਲ, ਕਿਉਂਕਿ ਉਹ ਹੀ ਜਿਸ ਤਰ੍ਹਾਂ ਅਸੀਂ ਹਮੇਸ਼ਾ ਇੱਥੇ ਕਹਿੰਦੇ ਹਾਂ ਕਿ ਜੇ ਤੁਸੀਂ ਵਿਆਹ ਕਰਨ ਵਾਸਤੇ ਨਹੀਂ ਜ਼ੋਰ ਪਾ ਸਕਦੇ, ਕਿਸੇ ਖਾਸ ਬੰਦੇ ਨਾਲ ਕਰਨ ਵਾਸਤੇ ਜ਼ੋਰ ਨਹੀਂ ਪਾ ਸਕਦੇ, ਅਤੇ ਇੱਥੇ ਤੋੜਨ ਵਾਸਤੇ ਵੀ ਤੁਸੀਂ ਬਹੁਤ ਜ਼ੋਰ ਨਹੀਂ ਪਾ ਸਕਦੇ ਕਿ ਹਾਂ ਤੁਸੀਂ ਨਹੀਂ ਤੋੜ ਸਕਦੇ। ਯੂ ਕੈਂਟ, ਆਈ ਨੋ ਆਈ ਅੰਡਰਸਟੈਂਡ ਕਿ ਆਈ ਵਿਸ਼ ਇੰਨਾ ਕੰਟਰੋਲ ਹੁੰਦਾ, ਤੁਸੀਂ ਸਾਰੇ ਸੋਚ ਰਹੇ ਹੋ ਕਿ ਹਾਂ ਇਹਦਾ ਫਾਇਦਾ ਕੀ ਹੈ, ਪਰ ਉਸ ਬੱਚੇ ਨੂੰ ਹੁਣ ਤੱਕ ਜਿਹੜਾ ਉਹਨਾਂ ਨੇ ਕਿਹਾ ਕਿ ਕੋਈ ਪ੍ਰੋਬਲਮ ਨਹੀਂ ਹੋਈ, ਉਹ ਬੱਚਾ ਬੜਾ ਸਿਆਣਾ ਹੈ, ਹਰ ਪਾਸੋਂ ਯੂ ਨੋ ਅਵਲ ਰਿਹਾ ਆਪਣੇ ਜੋਬ ਦੇ ਵਿੱਚ, ਪੜ੍ਹਾਈ ਦੇ ਵਿੱਚ, ਹੁਣ ਕੁੜੀ ਲੱਭਣ ਦੇ ਵਿੱਚ ਵੀ ਸਭ ਕੁਝ ਵਧੀਆ ਹੀ ਰਿਹਾ, ਅਤੇ ਫਿਰ ਹੁਣ ਫੇਥ ਕਿੱਥੇ ਗਿਆ? ਉਹ ਹੁਣ ਜੋ ਵੀ ਕੁਛ ਹੋਇਆ ਹੁਣ ਵੀ ਫੇਥ ਕਰਨਾ ਪਏਗਾ, ਈਵਨ ਨਾਓ ਵਿਲ ਹੈਵ ਟੂ ਟਰਸਟ ਦੈਟ ਕਿ ਹਾਂ ਉਹ ਠੀਕ ਹੀ ਕਰ ਰਿਹਾ ਹੋਣਾ। ਵੰਸ ਤੁਸੀਂ ਆਪਣਾ ਰੋਲ, ਜਿਵੇਂ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਹਾਂ ਪੇਰੈਂਟਸ ਦਾ ਕੁਛ ਰੋਲ ਹੈ, ਬਿਠਾ ਕੇ ਸਮਝਾ ਲੈਣਾ, ਕਹਿ ਦੇਣਾ ਕੋਈ ਰਸ਼ ਦੇ ਵਿੱਚ ਨਹੀਂ ਚੀਜ਼ ਕਰਨੀ, ਸੋਚੋ ਸਮਝੋ, ਥੋੜ੍ਹਾ ਟਾਈਮ ਗੈਪ ਪਾ ਲਓ, ਮਹੀਨਾ ਦੋ ਮਹੀਨੇ ਲਾ ਲਓ, ਬਟ ਉਸ ਤੋਂ ਬਾਅਦ ਜੋ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਹਾਂ, ਮੈਨੂੰ ਇਹ ਲੱਗਦਾ। ਪਰ ਜੇ ਕੋਈ ਹੋਰ ਸਲਾਹ ਹੈਗੀ ਹੈ ਪਲੀਜ਼ ਜ਼ਰੂਰ ਕਾਲ ਕਰੋ, ਕੀ ਪਰਸਪੈਕਟਿਵ ਹੈ, ਕੀ ਨਜ਼ਰੀਆ ਹੈ ਤੁਹਾਡਾ, ਕਿਉਂਕਿ ਬੜੇ ਬੜੇ ਜਿੱਥੇ ਪਿਆਰ ਹੈਗਾ ਡਿਸਟੈਂਸ ਜਾਂ ਵੇਟ ਜ਼ਿਆਦਾ ਮੈਨੇ ਨਹੀਂ ਰੱਖਦੀ ਸਾਨੂੰ ਲੱਗਦਾ, ਪਰ ਜਿਹੜੇ ਉਸ ਰਿਲੇਸ਼ਨਸ਼ਿਪ 'ਚ ਨੇ ਮੁੰਡਾ ਅਤੇ ਕੁੜੀ, ਫਾਈਨਲ ਡਿਸਾਈਡਿੰਗ ਪਾਰਟੀ ਉਹ ਹੀ ਹੈ, ਹੋਰ ਕੋਈ ਵੀ ਨਹੀਂ। ਸੋ ਜ਼ਰੂਰ ਕਾਲ ਕਰਕੇ ਦੱਸੋ ਕਿ ਅਗਰ ਤੁਸੀਂ ਡਿਫਰੈਂਟ ਸੋਚਦੇ ਹੋ, ਆਈ ਨੋ ਸਾਰੇ ਸੋਚੋਣੇ ਕਿ ਠੀਕ ਹੈਗਾ, ਫਿਰ ਵੀ ਅਗਰ ਰਜ਼ਾਮੰਦ ਵੀ ਹੋ ਨਾ ਕਿ ਹਾਂ ਇਹ ਹੀ ਗੱਲ ਹੈ, ਯੂ ਨੋ ਵੀ ਐਗਰੀ, ਤਾਂ ਵੀ ਕਾਲ ਕਰਕੇ ਜ਼ਰੂਰ ਦੱਸੋ, ਕਿਉਂਕਿ ਅਦਰਵਾਈਜ਼ ਜਿਵੇਂ ਮੈਂ ਹਮੇਸ਼ਾ ਕਹਿੰਦੀ ਹਾਂ ਮੈਨੂੰ ਨਹੀਂ ਪਤਾ ਲੱਗੇਗਾ ਕਿ ਤੁਸੀਂ ਕੀ ਸੋਚ ਰਹੇ ਹੋ ਜਦ ਤੱਕ ਤੁਸੀਂ ਕਾਲ ਕਰਕੇ ਨਹੀਂ ਦੱਸਦੇ। ਬਾਕੀ ਕੋਈ ਵੀ ਚੀਜ਼ ਹੈ ਇਹ ਚੀਜ਼ ਐਕਸਟੈਂਡ ਕਰਦੀ ਹੈ, ਜਿਵੇਂ ਸਾਡੇ ਸਾਰੇ ਸਵਾਲ ਉਸ ਪਰਟੀਕੁਲਰ ਸਿਚੁਏਸ਼ਨ ਦੇ ਇਲਾਵਾ ਐਕਸਟੈਂਡ ਕਰਦੇ ਹਾਂ ਸਾਡੇ ਲਾਈਫ ਦੇ ਡਿਸੀਜਨਸ 'ਤੇ। ਡੂ ਯੂ ਥਿੰਕ ਜਿਹਦੇ ਵਿੱਚ ਮੇਨ ਡਿਸਾਈਡਿੰਗ ਪਾਰਟੀ ਕੋਈ ਹੋਰ ਹੈ, ਅਸੀਂ ਕਿੰਨਾ ਭਾਵੇਂ ਉਹ ਸਾਡੀ ਕਈ ਵਾਰੀ ਸਿਬਲਿੰਗ ਹੈ, ਭੈਣ ਭਰਾ ਕੁਛ ਐਸਾ ਸਟੈਪ ਲੈ ਰਹੇ ਹੈ ਜਿਹੜੇ ਕਿ ਸਾਨੂੰ ਲੱਗਦਾ ਕਿ ਉਹ ਗਲਤ ਹੈ, ਉਹ ਠੀਕ ਨਹੀਂ ਹੈ, ਫਿਰ ਵੀ ਅਸੀਂ ਬਹੁਤ ਇਨਵੈਸਟਿਡ ਹੁੰਦੇ ਹਾਂ, ਅਸੀਂ ਬਹੁਤ ਇਨਵੋਲਵਡ ਹੁੰਦੇ ਹਾਂ ਉਹਦੇ ਵਿੱਚ ਕਿ ਨਹੀਂ ਇੰਝ ਕਿਉਂ ਕਰ ਰਹੇ ਹਾਂ। ਮੇਰੇ ਕੋਲ ਇੱਕ ਹੋਰ ਕੇਸ ਆਇਆ ਹੋਇਆ ਜਿਹੜਾ ਜਿਹਦੇ 'ਚ ਯੂ ਨੋ ਭੈਣ ਬਹੁਤ ਇਨਵੋਲਵਡ ਹੈ ਔਰ ਬਹੁਤ ਇਨਵੈਸਟਿਡ ਹੈ ਔਰ ਕਿ ਦਿਨ ਰਾਤ ਇਹੀ ਕਿ ਬਈ ਉਹ ਗਲਤ ਕਰ ਰਹੀ ਹੈ। ਬਟ ਡੂ ਯੂ ਥਿੰਕ ਅਲਟੀਮੇਟਲੀ ਅਗਰ ਅਡਲਟਸ ਹੈ
ਤੁਸੀਂ ਆਪਣਾ ਪੀਸ ਆਫ ਮਾਈਂਡ ਦੇ ਦਿੰਦੇ ਹੋ, ਆਪਣੀ ਸਲਾਹ ਦੇ ਦਿੰਦੇ ਹੋ, ਆਪਣੀ ਐਡਵਾਈਸ ਦੇ ਦਿੰਦੇ ਹੋ, ਕੀ ਤੁਸੀਂ ਸੋਚ ਰਹੇ ਹੋ, ਕਿਸ ਨਜ਼ਰੀਏ ਤੋਂ ਇਸ ਚੀਜ਼ ਨੂੰ ਦੇਖ ਰਹੇ ਹੋ, ਕਿਉਂਕਿ ਬਾਹਰੋਂ ਦੇਖ ਰਹੇ ਹੋ, ਇਮੋਸ਼ਨਸ ਦੇ ਬਿਨਾਂ ਦੇਖ ਰਹੇ ਹੋ, ਸਭ ਕੁਝ ਕਹਿ ਲੈਂਦੇ ਹੋ, ਪਰ ਅਲਟੀਮੇਟਲੀ ਜਿਹੜੀ ਡਿਸਾਈਡਿੰਗ ਪਾਰਟਨਰ ਹੈ, ਜਿਸ ਜਿਹੜੀ 'ਤੇ ਮੋਸਟ ਇੰਪੈਕਟ ਜਿਨ੍ਹਾਂ 'ਤੇ ਹੋਣਾ, ਉਹ ਕੀ ਕਹਿੰਦੇ ਨੇ, ਆਈ ਥਿੰਕ ਫਾਈਨਲ ਡਿਸੀਜਨ ਉਹਨਾਂ ਦਾ ਹੀ ਹੋਣਾ ਚਾਹੀਦਾ। ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਜ਼ਰੂਰ ਕਾਲ ਕਰੋ ਤੁਸੀਂ ਵੀ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਜਸਵੀਰ ਬੋਲਦੀ ਹਾਂ। ਹਾਂਜੀ ਜਸਵੀਰ ਜੀ, ਤੁਸੀਂ ਦੱਸੋ ਕੀ ਕਹਿੰਦੇ ਹੋ? ਫਸਟ ਆਫ ਆਲ ਤਾਂ ਮੈਂ ਟੀਵੀ ਔਨ ਬਹੁਤ ਥੋੜ੍ਹੇ ਟਾਈਮ ਵਿੱਚ ਹੋਇਆ ਕਿ ਤੈਨੂੰ ਮੈਨੂੰ ਪੂਰੀ ਤਰ੍ਹਾਂ ਸਿਚੁਏਸ਼ਨ ਨਹੀਂ ਸਮਝ ਲੱਗੀ, ਪਰ ਇੰਨਾ ਕੁ ਲੱਗਿਆ ਕਿ ਜਿਸ ਤਰ੍ਹਾਂ ਵੀ ਸਿਰਫ ਜੌਬ ਦੇ ਡਿਸਟੈਂਸ ਕਰਕੇ ਰਿਸ਼ਤਾ ਟੁੱਟ ਰਿਹਾ ਵਾ। ਹਾਂਜੀ, ਮੁੰਡਾ ਕਹਿੰਦਾ ਮੁੰਡੇ ਦੀ ਹੀ ਚੋਇਸ ਸੀਗੀ, 3 ਸਾਲ ਤੋਂ ਡੇਟ ਕਰ ਰਿਹਾ ਸੀ, ਪਿਛਲੇ ਸਾਲ ਇੰਟਰੋਡਿਊਸ ਕੀਤਾ ਉਹਨੇ ਆਪਣੀ ਫੈਮਿਲੀ ਨੂੰ, ਸਾਰੇ ਬੜੇ ਖੁਸ਼ ਸੀ ਇਸ ਰਿਸ਼ਤੇ ਤੋਂ, ਸਭ ਕੁਛ। ਹੁਣ ਉਹ ਕੁੜੀ ਦੀ ਜਿਹੜੀ ਜੌਬ ਹੈ ਦੂਰ ਲੱਗ ਗਈ ਹੈ, ਔਰ 2 ਸਾਲ ਦਾ ਕੋਈ ਉਹ ਨਹੀਂ ਆ ਸਕੇਗੀ। ਸੋ ਉਹ ਮੁੰਡਾ ਕਹਿੰਦਾ ਮੈਂ ਬ੍ਰੇਕਅਪ ਕਰ ਰਿਹਾ, ਔਰ ਮੁੰਡੇ ਦੀ ਮਾਂ ਹੀ ਸਾਨੂੰ ਸਵਾਲ ਕਰ ਰਹੀ ਹੈ ਕਿ ਮੈਂ ਬਹੁਤ ਅਪਸੈਟ ਹਾਂ। ਮੈਂ ਸਮਝ ਗਈ, ਆਪਾਂ ਬਹੁਤਾ ਟਾਈਮ ਨਾ ਲੈਂਦੇ ਪਏ। ਹਾਂਜੀ ਦੱਸੋ। ਤੇ ਪਰ ਗੱਲ ਤਾਂ ਇਹਦੇ ਵਿੱਚ ਇਹਨਾਂ ਨੇ ਆਪਣੇ ਆਪ ਮਿਲੇ ਆ ਦੋਨੇ ਜਾਣੇ, ਆਪਣੇ ਆਪ ਦੋਨਾਂ ਨੇ ਆਪਣਾ ਤੈਅ ਕੀਤਾ ਕਿ ਅਸੀਂ ਇੱਕ ਦੂਜੇ ਦੇ ਲਾਈਫ ਪਾਰਟਨਰ ਬਣਨਾ, ਰਾਈਟ ਜੀ, ਬਿਲਕੁਲ। ਕਿਉਂਕਿ ਫੈਮਿਲੀ ਤਾਂ ਵਿੱਚ ਇਨਵੋਲਵ ਨਹੀਂ ਸੀ ਪਹਿਲਾਂ, ਫੈਮਿਲੀ ਬਾਅਦ ਵਿੱਚ ਇਨਵੋਲਵ ਹੋਈ, ਇਹਨਾਂ ਨੇ ਇੰਟਰੋਡਿਊਸ ਕੀਤਾ ਸਾਰਾ ਕੁਝ, ਚਲੋ ਫੈਮਿਲੀ ਦੇ ਰਿਲੇਸ਼ਨ ਚੰਗੇ ਬਣ ਗਏ ਆਪਸ ਵਿੱਚ, ਹਨਾ। ਤੇ ਇਹਦੇ ਵਿੱਚ ਹੁਣ ਮੈਂ ਤਾਂ ਹੁੰਦਾ ਕਈ ਵਾਰੀ ਬੱਚਿਆਂ ਦੀ ਜੌਬ ਇਸ ਤਰ੍ਹਾਂ ਦੀ ਕੋਈ ਕੰਟਰੈਕਟ ਹੁੰਦਾ, ਉਹਨਾਂ ਨੇ ਸਾਈਨ ਕੀਤਾ ਹੁੰਦਾ, ਦੇ ਕੈਨ ਲੀਵ ਦੈਟ ਕੰਟਰੈਕਟ, ਰਾਈਟ। ਤੇ ਜੇ ਹੁਣ 3 ਸਾਲ ਤੋਂ ਇਹ ਮਿਲਦੇ ਸੀ, 1 ਸਾਲ ਤੋਂ ਇਹਨਾਂ ਨੇ ਫੈਮਿਲੀ ਨੂੰ ਵੀ ਮਿਲਣ ਲਗਾ ਦਿੱਤਾ, ਰਾਈਟ। ਤੇ ਜਦ ਤੱਕ ਤਾਂ ਜੌਬ ਪਹਿਲਾਂ ਨਹੀਂ ਨਾ ਹੋਣੀ ਲੜਕੀ ਦੀ, ਨਹੀਂ ਜੀ, ਤੇ ਜਦ ਤੱਕ ਜੌਬ ਨਹੀਂ ਸੀ, ਫਿਰ ਲੜਕਾ ਹੁਣ ਕਿਉਂ ਰੌਲਾ ਪਾ ਰਿਹਾ ਵਾ? ਜਦ ਜੌਬ ਉਹਨੂੰ ਮਿਲੀ ਆ, ਉਦੋਂ ਵੀ ਪਤਾ ਹੀ ਸੀ ਉਹ ਕਿੱਥੇ ਰਹਿ ਰਹੀ ਆ, ਕਿੱਥੇ ਜੌਬ ਲੈ ਰਹੀ ਆ। ਇੱਥੋਂ ਦੀ UN ਤੋਂ ਉਹ ਪੋਸਟ ਹੋਈ ਸੀ 6 ਮਹੀਨੇ ਦੀ ਟ੍ਰੇਨਿੰਗ ਵਾਸਤੇ, ਪਰ ਉੱਥੇ ਉਹ ਐਕਸਟੈਂਡ ਹੋ ਗਿਆ 2 ਸਾਲ ਵਾਸਤੇ। ਓਕੇ, ਜੇ ਐਕਸਟੈਂਡ ਹੋ ਗਿਆ, ਮੈਂ ਤਾਂ ਨਹੀਂ ਕਹੂੰਗੀ ਵੀ ਇਟਸ ਅ ਬਿਗ ਡੀਲ, ਅੰਡਰਸਟੈਂਡਿੰਗ ਹੋਣੀ ਚਾਹੀਦੀ ਆ ਇੱਥੇ ਇਹਨਾਂ ਦਾ ਕੀ ਰੌਲਾ ਪੈ ਰਿਹਾ, ਜਿੱਥੇ ਤੱਕ ਮੈਂ ਸਮਝ ਰਹੀ ਹਾਂ। ਕਿਉਂਕਿ ਇੱਥੇ ਈਗੋ ਆ ਗਿਆ ਵਿੱਚ, ਉਹ ਲੜਕੀ ਨੂੰ ਕਹਿੰਦਾ ਹੋਊਗਾ ਮੈਂ ਤੇਰੀ ਵੇਟ ਨਹੀਂ ਕਰ ਸਕਦਾ, ਜੇ ਇੱਕ ਵਾਰ ਵੀ ਇੱਕ ਦੂਜੇ ਨੂੰ ਕਹਿ ਦੇਵੇ ਨਾ ਮੈਂ ਤੇਰੀ ਵੇਟ ਨਹੀਂ ਕਰ ਸਕਦਾ, ਤਾਂ ਲੜਕੀ ਕਹਿੰਦੀ ਉਹ ਨਹੀਂ ਕਰ ਸਕਦਾ ਤਾਂ ਨਾ ਕਰ ਸਕਦਾ। ਹਾਂ ਬਿਲਕੁਲ, ਤਾਂ ਮੈਂ ਵਿੱਚ ਮੇਰੇ ਖਿਆਲ ਇੱਥੇ ਮੇਰੀ ਗੱਲ ਐਸ ਤੇ ਜਾ ਕੇ ਰੁਕ ਗਈ ਆ। ਲੜਕੇ ਨੇ ਇਹ ਗੱਲ ਕਹੀ ਹੋਣੀ ਆ ਕਿ 2 ਸਾਲ ਮੈਂ ਵੇਟ ਨਹੀਂ ਕਰ ਸਕਦਾ ਤੇਰੀ, ਮੈਂ ਤਾਂ ਬ੍ਰੇਕਅਪ ਕਰਨ ਲੱਗਿਆ। ਫਿਰ ਲੜਕੀ ਵੀ ਨਹੀਂ ਇਹ ਗੱਲ ਸੁਣੂਗੀ ਆ ਇਸ ਤੇ, ਕਿਉਂਕਿ ਤੁਸੀਂ ਕਿਹਾ ਸੀ ਨਾ ਕਿ ਤੁਹਾਡੇ ਘਰ ਦੇ ਵਿੱਚ ਕੋਈ ਯੰਗ ਬੱਚਾ ਹੋਵੇ, ਤੁਸੀਂ ਉਹਦਾ ਓਪੀਨੀਅਨ ਲਓ, ਰਾਈਟ। ਹਾਂਜੀ, ਤਾਂ ਮੈਂ ਸੋਚਦੀ ਸੀ ਮੇਰੀ ਬੇਟੀ ਨੀਚੇ ਆਈ ਤਾਂ ਮੈਂ ਉਹਨੂੰ ਪੁੱਛਿਆ, ਠੀਕ ਹੈ, ਮੈਂ ਕਿਹਾ ਸਿਚੁਏਸ਼ਨ ਚੱਲ ਰਹੀ ਆ ਤਾਂ ਵਟ ਸ਼ੁੱਡ ਡੂ? ਉਹ ਕਹਿੰਦੀ ਵੀ ਜੇ ਉਹ ਛੱਡਣਾ ਚਾਹੁੰਦਾ ਤਾਂ ਉਹ ਛੱਡ ਦੇਵੇ, ਕਹਿੰਦੀ ਫਿਰ ਜੇ ਅੱਜ ਛੱਡ ਸਕਦਾ ਕੱਲ੍ਹ ਤੂੰ ਵੀ ਛੱਡ ਸਕਦਾ, ਉਹਦੀ ਜੋਬ ਛੱਡਾ ਕੇ ਵੀ ਛੱਡ ਸਕਦਾ। ਬਿਲਕੁਲ, ਕੁੜੀਆਂ ਉਹੀ ਕਹਿੰਦੀਆਂ ਵੀ ਦੇ ਤੇਰਾ ਪਿਆਰ ਇੰਨਾ ਕੀ ਸੀਗਾ। ਹਾਂ ਠੀਕ ਹੈ, ਗੋ ਅਹੈਡ, ਮੁੱਕ ਦੀ ਗੱਲ ਇੱਥੇ ਹੀ ਆ। ਤੇ ਨੰਬਰ 2, ਹੁਣ ਜਿਹੜੀ ਫੈਮਿਲੀ ਆ ਉਹ ਵਿਚਾਰੇ ਵਿੱਚ ਹੁਣ ਸੈਕਰੀਫਾਈ ਕਰ ਰਹੇ ਨੇ, ਹਰਟ ਹੋ ਰਹੇ ਨੇ, ਉਹਨਾਂ ਬਾਰੇ ਤਾਂ ਸੌਰੀ ਫੀਲ ਕਰਦੇ ਹਾਂ ਕਿ ਅਸੀਂ ਵੀ ਪੇਰੈਂਟਸ ਹਾਂ। ਬਿਲਕੁਲ, ਤੇ ਉਹਨਾਂ ਦੀ ਹੁਣ ਦੇਖੋ ਨੰਬਰ, ਮੈਂ ਤਾਂ ਲੜਕੇ ਨੂੰ ਇੱਕ ਗੱਲ ਕਹੂੰਗੀ, ਹਾਂਜੀ, ਜੇ ਉਹ ਆਪਣੀ ਮਦਰ ਦੀ ਸੁਣਦਾ, ਆਪਣੇ ਫਾਦਰ ਦੀ ਜੋ ਵੀ ਵਿਚਾਰੇ ਦਾ ਰਿਸ਼ਤਾ ਹੈਗਾ ਕਿਸੇ ਨਾਲ, ਉਹਨੂੰ ਨਾ ਬਿਲਕੁਲ ਠੰਡੇ ਦਿਮਾਗ ਨਾਲ ਸੋਚਣਾ ਚਾਹੀਦਾ, 2 ਸਾਲ ਤਾਂ ਬੜੀ ਫਾਸਟ ਚਲੇ ਜਾਣੇ ਜੀ। ਬਿਲਕੁਲ, ਨਾਲੇ ਜ਼ਮਾਨਾ ਹੋ ਰਿਹਾ ਹੈ, ਕਿਸੇ ਵਕੇਸ਼ਨ ਤੇ ਤੇ ਉਹ ਇੱਧਰ ਆ ਸਕਦੀ, ਤੁਸੀਂ ਜਾ ਸਕਦੇ ਹੋ। ਇਹ ਸੌਰੀ ਮੈਂ ਤੁਹਾਡੀ ਗੱਲ ਵਿਚਾਲਿਓਂ ਕੱਟ ਰਹੀ ਹਾਂ। ਹਾਂਜੀ, ਇਹ ਜਿਹੜੇ ਲਾਈਫ ਪਾਰਟਨਰ ਲੱਭਣਾ ਬਹੁਤ ਔਖਾ ਹੋ ਜਾਂਦਾ ਜੀ ਜੀ, 2 ਸਾਲ ਕੁਝ ਵੀ ਨਹੀਂ ਹੈਗੇ, ਥੋੜਾ ਜਿਹਾ ਪੇਸ਼ੈਂਸ ਤੋਂ ਕੰਮ ਲਵੋ, ਆਰਾਮ ਨਾਲ ਬੈਠੋ। ਅੱਜ ਕੱਲ ਤਾਂ ਇੰਨੇ ਜ਼ਿਆਦਾ ਸਾਧਨ ਬਣ ਚੁੱਕੇ ਆ ਕਿ ਤੁਸੀਂ ਫਲਾਈ ਕਰਕੇ ਵੀਕਐਂਡ ਤੇ ਇੱਕ ਦੂਜੇ ਨੂੰ ਮਿਲੋ, ਐਡੀ ਕਿੱਡੀ ਇਟਸ ਵੈਰੀ ਫਾਰ, ਕਹਿੰਦੇ 12 13 ਘੰਟੇ ਦਾ ਡਿਫਰੈਂਸ ਹੈਗਾ ਹੈ, ਸੋ ਰਾਤ ਦਿਨ ਦਾ ਫਰਕ ਹੋਏਗਾ। ਨਿਊਯਾਰਕ ਹੀ ਆ ਨਾ, ਨਿਊਯਾਰਕ ਤਾਂ ਕੀ ਹੋਊਗਾ, ਹੋਰ ਕਿੰਨਾ ਹੋਊਗਾ? ਨਹੀਂ ਨਹੀਂ, ਆਊਟ ਆਫ ਕੰਟਰੀ ਹੈ, ਆਊਟ ਆਫ ਕੰਟਰੀ ਹੈ, ਪਰ ਮੈਂ ਤਾਂ ਕਹੂੰਗੀ ਪੇਸ਼ੈਂਸ ਬਹੁਤ ਘੱਟ ਗਈ ਆ ਜੀ। ਯੂ ਰਾਈਟ, ਬਿਲਕੁਲ ਬਿਲਕੁਲ, ਤੁਸੀਂ ਪਲੀਜ਼ ਲਾਈਨ ਤੇ, ਹਾਂਜੀ ਤੁਸੀਂ ਲਾਈਨ ਤੇ ਬਣੇ ਰਹੋ 1 ਮਿੰਟ, ਮੈਂ ਤੁਹਾਡੇ ਨਾਲ ਹੋਰ ਗੱਲ ਕਰਾਂਗੀ, ਪਰ ਸਮਾਂ ਹੋ ਗਿਆ ਬ੍ਰੇਕ ਦਾ, ਸੋ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ, ਯੂ ਡੋਨਟ ਕੀਪ ਦਾ ਫੋਨ ਡਾਊਨ। ਓਕੇ, ਆਓ, ਥੈਂਕ ਯੂ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ, ਯੂ ਨੋ ਸਾਡੇ ਨਾਲ ਮੌਜੂਦ ਨੇ, ਹੈਲੋ, ਹਾਂਜੀ 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 ਜੀ, ਤੁਸੀਂ ਕੁਝ ਕਹਿ ਰਹੇ ਸੀ, ਤੁਸੀਂ ਅੱਗੇ ਕੰਟੀਨਿਊ ਕਰ ਸਕਦੇ ਹੋ। ਹਾਂਜੀ, ਬਸ ਇਹੀ ਕਹਿੰਦੀ ਆ ਕਿ ਵੀ ਪੇਸ਼ੈਂਸ ਰੱਖਣੀ ਪੈਣੀ ਹੈ ਇਹਨਾਂ ਨੂੰ, ਲੜਕੇ ਨੂੰ ਸਪੈਸ਼ਲੀ, ਜੇ ਹੁਣ ਲੜਕੇ ਵੱਲੋਂ ਸਾਰੀਆਂ ਗੱਲਾਂ ਆ ਰਹੀਆਂ ਕਿ ਉਹਨਾਂ ਦੀ ਮਦਰ ਦੱਸ ਰਹੀ ਹੈ ਸਾਰਾ ਕੁਛ
ਇੰਡੀਆ ਵਿਆਹ ਕਰਾ ਕੇ ਆਉਂਦੇ ਸੀ ਇੱਥੇ ਦੋ ਦੋ ਤਿੰਨ ਤਿੰਨ ਸਾਲ ਬੈਠੇ ਰਹਿੰਦੇ ਸੀ ਉਹ ਵੀ ਤਾਂ ਸਾਡੀ ਲਾਈਫ ਹੀ ਹੁੰਦੀ ਸੀ ਜੀ 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 ਰਾਈਟ 2 ਸਾਲ ਦਾ ਟਾਈਮ ਤਾਂ ਕੁਛ ਨਹੀਂ ਇਸ ਤਰ੍ਹਾਂ ਗੋ ਕੁਇਕ ਕਿਉਂਕਿ ਇਹੋ ਜਿਹਾ ਫਿਰ ਜੇ ਤੁਹਾਡੇ 3 ਸਾਲ ਉਹ ਆਪਸ ਵਿੱਚ ਮਿਲਦੇ ਵੀ ਰਹੇ ਆ ਨਾ ਇਹ ਤਾਂ ਨਹੀਂ ਹੈ ਹੁਣ ਜਾਣਦੇ ਨਹੀਂ ਮਿਲ ਲੋ ਤੇ 2 ਸਾਲ ਤਾਂ ਕੁਛ ਵੀ ਨਹੀਂ ਹੈਗਾ ਜੇ ਉਹਨੇ ਠੀਕ ਆ ਟਾਈਮ ਪਾਉਣਾ ਵਿਆਹ ਹੀ ਲੇਟ ਕਰ ਲੋ ਥੋੜਾ ਜਿਹਾ ਬਿਲਕੁਲ ਬਈ ਕਿਉਂਕਿ ਵੀ ਜੇ ਪਰ ਮੈਂ ਇੱਕ ਗੱਲ ਕਹੂੰਗੀ ਵੀ ਇਸ ਦੇ ਵਿੱਚ ਹੁਣ ਪਤਾ ਨੀ ਕਿੰਨੇ ਫੈਮਿਲੀ ਮੈਂਬਰਸ ਹਰਟ ਹੋ ਰਹੇ ਨੇ ਕਿ ਮੋਸਟਲੀ ਪੇਰੈਂਟਸ ਜ਼ਿਆਦਾ ਹਰਟ ਹੋ ਜਾਂਦੇ ਨੇ ਉਹਨਾਂ ਨੂੰ ਹੁੰਦਾ ਕਿ ਸਾਡਾ ਬੱਚਾ ਜੇ ਇਧਰੋਂ ਟੁੱਟ ਗਿਆ ਮਦਰ ਕਿਉਂ ਉਹ ਹੈਗੇ ਆ ਇਸ ਟਾਈਮ ਵਰਿਡ ਉਹਨਾਂ ਨੂੰ ਹੈਗਾ ਕਿ ਅੱਜ ਗੁੱਸੇ ਦੇ ਵਿੱਚ ਆ ਕੇ ਜਵਾਬ ਤਾਂ ਦੇ ਰਿਹਾ ਲੜਕੀ ਨੂੰ ਪਰ ਹੋ ਸਕਦਾ ਲਾਈਫ ਦੇ ਵਿੱਚ ਸਟੇਬਲ ਨਾ ਵੀ ਰਹੇ ਉਹ ਮਦਰ ਦੀ ਜ਼ਿਆਦਾ ਰਿਸਪੋਂਸਿਬਿਲਟੀ ਵੱਧ ਜਾਣੀ ਜੀ 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 ਕਿਉਂ ਇਟ ਇਜ਼ ਨਾਟ ਈਜ਼ੀ ਟੂ ਗੋ ਆਊਟ ਲੁੱਕ ਫੋਰ ਸਮਵਨ ਆਪਣੀ ਚੋਇਸ ਦਾ ਲੱਭਣਾ ਸਭ ਕੁਛ ਮੈਚ ਕਰਨਾ ਅੱਜ ਸਾਰਾ ਕੁਛ ਬਣਿਆ ਬਣਾਇਆ ਹੋਇਆ ਸਿਰਫ 2 ਸਾਲ ਦਾ ਡਿਸਟੈਂਸ ਹੀ ਆ ਮਾਈਨਸ ਡਿਸਟੈਂਸ ਆ ਰਿਸ਼ਤੇ ਦਾ ਬਣਾਉਣਾ ਚਾਹੀਦਾ ਜਿਨ੍ਹਾਂ ਨੇ ਕਹਿ ਕੇ ਕੁੜੀ ਨੂੰ ਜੌਬ ਛੱਡ ਕੇ ਆ ਜਾਣੀ ਸੀ ਤੁਹਾਨੂੰ ਉਹਦੇ ਬਾਰੇ ਕੀ ਲੱਗਦਾ ਅੱਛਾ ਕੁੜੀ ਨੂੰ ਜੌਬ ਛੱਡ ਕੇ ਲੜਕਾ ਕਹਿ ਰਿਹਾ ਰਾਈਟ ਨਹੀਂ ਉਹ ਨਹੀਂ ਕਹਿ ਰਿਹਾ ਉਹ ਕਹਿੰਦਾ ਨਹੀਂ ਉਹਦੇ ਵਾ
ਜੋਬ ਛੱਡ ਕੇ ਆ ਜਾ ਇਸ ਕਲੇ ਹੈ ਨਾ, ਫਿਰ ਵੀ ਉਹਨੂੰ ਥੋੜਾ ਫੀਲ ਹੋਵੇ। ਪਰ ਅੱਜ ਕੱਲ ਜਨਰੇਸ਼ਨ ਦੇ ਵਿੱਚ ਉਹ ਵੀ ਉਹ ਨਹੀਂ ਨਾ ਕਿ ਤੂੰ ਛੱਡ ਕੇ ਆ ਜਾਓਗੇ ਕਿ ਤੂੰ ਛੱਡ ਕੇ ਆ ਜਾ। ਹਾਂ ਤੂੰ ਛੱਡ ਕੇ ਆ ਜਾ, ਉਹ ਵੀ ਕਹੂ ਕਿ ਇਹ ਤਾਂ ਆਪਾਂ ਮੰਨਦੇ ਆ ਬਰਾਬਰ ਆ ਗੱਲ। ਬਿਠਾ ਕੇ ਦੋਨਾਂ ਨੂੰ ਬਰਾਬਰ ਰੱਖ ਕੇ ਦੇਖ ਰਹੀ ਹਾਂ ਕਿ ਕੀ ਕਰਨਾ ਚਾਹੀਦਾ, ਕਿ ਜੇ ਮੇਰੇ ਘਰ ਦੇ ਵਿੱਚ ਇਹ ਸਿਚੁਏਸ਼ਨ ਆਵੇ ਇਹ ਗੱਲ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਐਂਡ ਹੋਣੀ ਚਾਹੀਦੀ ਹੈ, ਰਾਈਟ? ਬਿਲਕੁਲ। ਮੈਂ ਤਾਂ ਇਹੀ ਕਹੂੰਗੀ ਕਿ ਪੇਰੈਂਟਸ ਵਿਚਾਰਾਂ ਦਾ ਵਿੱਚ ਕਿਸੇ ਦਾ ਦੋਸ਼ ਨਹੀਂ, ਲੜਕੀ ਵਾਲੇ ਵੀ ਸੈਡ ਬਹੁਤ ਹੋਣਗੇ, ਬਹੁਤ ਜ਼ਿਆਦਾ ਵਰੀਡ ਹੋਣਗੇ, ਉਹਨਾਂ ਨੂੰ ਆਪਣੇ ਟੌਪ ਆਫ ਦੈਟ ਰੇਂਜ 'ਚ ਰਿਸ਼ਤੇ ਟੁੱਟ ਵੀ ਜਾਂਦਾ ਨਾ, ਸੋਚੀਏ ਦੋਨਾਂ ਬੱਚਿਆਂ ਲਈ ਇਹ ਹੈਲਥ ਇਸ਼ੂਜ਼ ਬਣ ਜਾਣੇ, ਦੋਨਾਂ ਨੇ ਹੀ ਨਹੀਂ ਆਪਣੇ ਆਪ ਨੂੰ ਸਟੈਂਡ ਕਰਨਾ ਲਾਈਫ ਦੇ ਵਿੱਚ। ਜੀ ਬਿਲਕੁਲ ਸਹੀ ਕਹਿ ਰਹੇ ਹੋ। ਇੱਕ ਇਹ ਸਭ ਤੋਂ ਵੱਡੀ ਵਰੀ ਤਾਂ ਇਸ ਗੱਲ ਦੀ ਆ ਕਿ ਬੱਚਿਆਂ ਨੇ ਆਪਣੇ ਮੈਂਟਲੀ ਸਿੱਕ ਬਹੁਤ ਹੋ ਜਾਣਾ, ਇਸ ਲਈ ਜਿੱਥੇ ਵੱਧ ਤੋਂ ਵੱਧ ਹੋ ਸਕਦਾ ਨਾ ਇਸ ਰਿਸ਼ਤੇ ਨੂੰ ਬਚਾਉਣ ਦੀ ਟਰਾਈ ਕਰੋ, ਪਰਮਾਤਮਾ ਅੱਗੇ ਅਰਦਾਸ ਕਰੋ ਸਾਰੇ ਜਣੇ। ਥੈਂਕ ਯੂ ਸੋ ਮਚ ਜੀ। ਇੱਕ ਹੋਰ ਕਾਲ ਲੈ ਲੈਂਦੇ ਹਾਂ ਕੁਇਕਲੀ। ਹੈਲੋ। ਹੈਲੋ। ਹਾਂਜੀ, ਕੌਣ ਬੋਲ ਰਹੇ ਹੋ ਜੀ? ਹਾਂਜੀ, ਮੈਂ ਇੱਥੋਂ ਬੋਲਦੀ ਹਾਂ ਜੀ, ਮੈਰੀਲੈਂਡ ਤੋਂ ਜੀ। ਹਾਂਜੀ ਹਾਂਜੀ, ਦੱਸੋ ਕੀ ਕਹਿੰਦੇ ਹੋ ਅੱਜ ਕੁਇਕਲੀ? ਪਹਿਲੇ ਕਹਿੰਦੀ ਤਾਂ ਮੈਂ ਇਹੀ ਹੈਗੀ ਆ ਕਿ ਅੱਜ ਕੱਲ ਬੱਚਿਆਂ ਦੇ ਵਿੱਚ ਕੋਈ ਧੀਰਜ ਨਹੀਂ ਹੈਗਾ ਕਿ 2 ਸਾਲ ਕੁਝ ਬੜੀ ਗੱਲ ਨਹੀਂ ਹੈਗੀ। ਹੈਲੋ। ਹਾਂ ਹਾਂ, ਸੁਣ ਰਹੇ ਹਾਂ, ਤੁਹਾਡੀ ਆਵਾਜ਼ ਸਭ ਨੂੰ ਪਹੁੰਚ ਰਹੀ ਹੈ। 2 ਸਾਲ ਕੋਈ ਜੇ ਮੁੰਡੇ ਦਾ ਕੁੜੀ ਨਾਲ ਪਿਆਰ ਹੈਗਾ ਤੇ 2 ਸਾਲ ਕੋਈ ਵੱਡੀ ਗੱਲ ਨਹੀਂ ਹੈਗੀ। ਜੀ ਜੀ। ਤੇ ਉਹ ਕਰ ਸਕਦੇ ਆ, ਪਰ ਇਹ ਤਾਂ ਬਹੁਤ ਦੋਨਾਂ ਵਾਸਤੇ ਬਹੁਤ ਹਾਰਡ ਹੈਗਾ ਹੈ, ਤੇ ਉਹਨਾਂ ਨੂੰ ਜਿੱਦਾਂ ਵੀ ਹੈ ਦੋਨਾਂ ਨੂੰ ਕਰ ਲੈਣਾ ਚਾਹੀਦਾ ਹੈ। ਜਾਂ 4 ਸਾਲ ਹੋ ਗਏ ਉਹ ਇਕੱਠੇ ਰਹਿੰਦੇ ਆ, ਸਾਰਾ ਕੁਝ ਹੈਗਾ ਠੀਕ ਹੈ। ਹਾਂਜੀ। ਤੇ ਬਾਕੀ ਤੁਹਾਨੂੰ ਮੈਂ ਗੱਲ ਦੀ ਗਈ ਆਪਣੇ ਘਰ ਦੀ ਗੱਲ ਦੱਸੀ ਕਿ ਮੇਰੇ ਭੈਣ ਦੀ ਲੜਕੀ 5 ਸਾਲ ਇੰਡੀਆ ਰਹੀ ਹੈ, 5 ਸਾਲਾਂ ਦੇ ਬਾਅਦ ਉਹ ਇੱਥੇ ਅਮਰੀਕਾ 'ਚ ਆਈ ਹੈ। ਉਹਨੇ ਇੱਕ ਵਾਰੀ ਨੀ ਕਿਹਾ ਤਾਂ ਮੈਂ ਅਮਰੀਕਾ ਜਾਣਾ, ਜੇ ਕੋਈ ਗੁਆਂਢੀ ਕਹਿੰਦਾ ਵੀ ਸੀ ਕਿ ਤੂੰ ਤੈਨੂੰ ਲੈ ਕੇ ਨੀ ਜਾਣਾ, ਉਹ ਕਹਿੰਦੀ ਮੇਰੇ ਲਈ ਇੱਥੇ ਬਹੁਤ ਕੁਛ ਆ। ਤੇ ਇਸ ਕਰਕੇ ਹੈਗਾ ਹੈ ਕਿ ਬਹੁਤ ਵਧੀਆ, ਥੈਂਕ ਯੂ ਸੋ ਮਚ ਜੀ, ਰੀਅਲੀ ਐਪਰੀਸ਼ੀਏਟ। ਜ਼ਰੂਰ ਪਹਿਲੇ ਤੋਂ ਹੀ ਫੋਨ ਮਿਲਾਇਆ ਕਰੋ, ਜ਼ਰੂਰ ਜੁੜਿਆ ਕਰੋ। ਲਾਸਟ ਵਿੱਚ ਯੂ ਨੋ ਮੈਨੂੰ ਕਰਨਾ ਪੈਂਦਾ ਕਿ ਕੁਇਕਲੀ ਕੁਇਕਲੀ ਆਪਣੀ ਗੱਲ ਕਹੋ, ਪਰ ਸਹੀ ਹੈ, ਪੇਸ਼ੈਂਸ ਬੱਚਿਆਂ 'ਚ ਘੱਟ ਗਈ ਹੈ ਹਾਲੇ ਵੀ। ਜਿਵੇਂ ਕਈਆਂ ਨੂੰ ਲੱਗ ਰਿਹਾ ਕਿ ਈਗੋ ਇਸ਼ੂ ਹੈ, ਮੁੰਡੇ ਨੇ ਕਿਹਾ ਹੋਣਾ, ਕੁੜੀ ਨੇ ਕਹਿਣਾ ਠੀਕ ਹੈ, ਬਸ ਇੰਨਾ ਕੀ ਪਿਆਰ ਹੈ ਤੇਰਾ, ਇਟਸ ਓਕੇ, ਆਈ ਐਮ ਫਾਈਨ ਟੂ। ਡੂ ਯੂ ਥਿੰਕ ਇਫ ਯੂ ਆਰ ਫਾਈਨ ਆਈ ਕੈਨ ਬੀ ਫਾਈਨ ਟੂ? ਸੋ ਉਸ ਵਿੱਚ ਨਾ ਪੈਣ, ਬੈਠਣ,
ਟਾਈਮ ਦੇਣ ਇਸ ਗੱਲ ਨੂੰ। ਔਰ ਵਾਕਈ ਰਿਸ਼ਤੇ ਬਣਾਉਣੇ ਬਹੁਤ ਔਖੇ ਨੇ, ਜੇ ਕੁਝ ਚੰਗਾ ਹੱਥ ਲੱਗਿਆ, ਛੋਟਾ ਮੋਟਾ ਕੁਝ ਹੋਰ ਵੀ ਬੱਚਿਆਂ ਦੇ ਸ਼ਾਇਦ ਦਿਮਾਗ 'ਚ ਹੋਏ ਜਿਹੜਾ ਕਿ ਉਹਨਾਂ ਨੂੰ ਆਪਸ ਨਾ ਸੈਟਿੰਗ ਬੈਠੀ ਹੋਏ, ਇਟਸ ਵਰਥ ਟੂ ਜਸਟ ਵੇਟ ਐਂਡ ਇਗਨੋਰ ਸਮਾਲ ਥਿੰਗਸ। ਉਹਨਾਂ ਨੂੰ ਜ਼ਰੂਰ ਕੋ, ਸ਼ਾਇਦ ਤੁਹਾਨੂੰ ਹੋਰ ਚੀਜ਼ਾਂ ਨਾ ਦੱਸ ਰਹੇ ਹੋਣ ਜਿਹੜੀ ਕੁਝ ਦਿਮਾਗ ਦੇ ਵਿੱਚ ਹੋਣ, ਉਹ ਵੀ ਹੋਣ, ਤਾਂ ਵੀ ਇਟ ਇਜ਼ ਬੈਟਰ ਟੂ ਪੁੱਟ ਦੈਮ ਔਨ ਸਾਈਡ ਐਂਡ ਵੇਟ। ਵਰਥ ਹੁੰਦਾ ਹੈ ਇੱਕ ਰਿਲੇਸ਼ਨਸ਼ਿਪ, ਕਿਉਂਕਿ ਮੇਰੇ ਕੋਲ ਬਹੁਤ ਸਾਰੇ ਕੇਸਿਸ ਆਉਂਦੇ ਨੇ ਜਿਹੜੇ ਕਿ ਇਹ ਸ਼ੇਅਰ ਕਰਦੇ ਨੇ ਕਿ ਮੇਰੀ ਬਣ ਨਹੀਂ ਰਹੀ, ਪਰ ਮੇਰੀ ਨਾਲ ਇੰਨੇ ਸਾਲ ਦੀ ਉਮਰ ਦੇ ਵਿੱਚ ਇੱਕ ਕਿਸੇ ਨਾਲ ਸੀਗੀ, ਉਹਦੇ ਵਰਗਾ ਮੈਨੂੰ ਦੁਬਾਰਾ ਕੋਈ ਨਹੀਂ ਮਿਲਿਆ। ਭਾਵੇਂ ਆਪਣੀ ਗਲਤੀ ਕਰਕੇ, ਦੂਜੇ ਦੀ ਗਲਤੀ ਕਰਕੇ, ਜਾਂ ਕਿਸੇ ਦਾ ਡਿਸੀਜਨ, ਕੋਈ ਹਾਲਾਤਾਂ ਕਰਕੇ ਅਗਰ ਤੁਸੀਂ ਆਪਸ 'ਚ ਨਹੀਂ ਮਿਲੇ, ਉਹ ਪਹਿਲੇ ਪਿਆਰ ਨਾਲ ਜਾਂ ਯੂ ਨੋ ਪੁਰਾਣੇ ਉਹਦੇ ਨਾਲ ਹੀ ਕੰਪੇਅਰ ਕਰਦੇ ਰਹਿੰਦੇ ਨੇ, ਔਰ ਫਿਰ ਉਹ ਸਵਾਦ ਨਹੀਂ ਰਹਿੰਦਾ, ਉਹ ਸੈਟਲ ਨਹੀਂ ਹੁੰਦੇ, ਬਿਕੋਜ਼ ਕੰਪੈਰੀਜ਼ਨ ਇਜ਼ ਆਲਵੇਜ਼ ਬੈਡ। ਸੋ ਕਹਾਂਗੇ ਹੀ ਕਿ ਅਗਰ ਹੋ ਸਕਦਾ ਜ਼ਰੂਰ ਪ੍ਰੋਟੈਕਟ ਕਰੋ, ਪਰ ਪੇਰੈਂਟਸ ਦਾ ਇਹੀ ਰੋਲ ਹੈ, ਬਿਠਾ ਕੇ ਸਮਝਾ ਲਓ, ਟਾਈਮ ਦਵਾ ਲਓ, ਪਰ ਓਵਰਆਲ ਉਸ ਤੋਂ ਜ਼ਿਆਦਾ ਪੁਸ਼ ਨਹੀਂ ਕਰ ਸਕਦੇ, ਡਿਸੀਜਨਸ ਫਿਰ ਵੀ ਉਹਨਾਂ ਅਡਲਟਸ ਦਾ ਹੀ ਹੈ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।